ਅਸਲਾਮੁਅਲੈਕਮ ਸਾਰੇ ਭੈਣਾਂ ਤੇ ਭਰਾਵਾਂ, ਪੀ ਕੇ ਰਣਬਰੀ ਬਾਰਾਂ ਬੰਦੇ ਆਏ। ਹਾਂਜੀ ਭਾਜੀ ਆ ਗਿਆ ਜੀ ਤੁਹਾਡਾ ਭਰਾ। ਹਾਂਜੀ ਆਵਾਮ ਕਹਿ ਰਹੀ ਸਲਾਮ ਵੀਰ ਜੀ। ਵਾਲੇਕੁਮ ਅਸਲਾਮ ਸ਼ਹਿਜ਼ਾਦੇ ਬੱਬਰ ਸ਼ੇਰ ਮੇਰੇ ਵੀ ਕੋਈ ਕਮੈਂਟ ਨਹੀਂ। ਸਲਾਮ ਵਲੀਦ ਖਾਲਦ ਕਹਿ ਰਿਹਾ। ਵਲੀਦ ਖਾਲਦ ਸਾਹਿਬ ਵਾਲੇਕੁਮ ਸਲਾਮ ਬੱਬਰ ਸ਼ੇਰ ਮੇਰੇ ਵੀ। ਅੱਛਾ ਜੀ ਉਹ ਜੀ ਓਏ ਇਹ ਕੌਣ ਕਹਿ ਰਿਹਾ? ਸਾਜਦਾ ਪ੍ਰਵੀਨ ਕਹਿ ਰਹੀ ਹੈ ਜੀ ਓਏ। ਮਿਹਰਬਾਨੀ ਸ਼ੁਕਰੀਆ। ਅੱਛਾ ਜੀ ਆਸਿਫ ਸਿਪਰਾ ਕਹਿ ਰਿਹਾ ਸਲਾਮ। ਵਾਲੇਕੁਮ ਸਲਾਮ ਖੈਰ ਹੋਵੇ ਗੁਜਰਾਂ ਵਾਲਾਂ ਦੀ। ਬਿਸਮਿਲ੍ਲਾ ਕਰਾਂ। ਉਹ ਖੈਰ ਮੁਰਸ਼ਦ ਦੀ ਬਿਲਾਲ ਅਹਿਮਦ ਕਹਿ ਰਿਹਾ। ਉਹ ਮੁਰਸ਼ਦ ਕਹਦੇ ਹਾਂ ਜੀ, ਵੀਰ ਹਾਂ ਤੁਹਾਡੇ। ਅੱਛਾ ਜੀ ਗੇਮਿੰਗ ਵਿਦ ਅਲੀ ਕਹਿ ਰਿਹਾ ਇੱਕ ਵਾਰੀ ਜ਼ਰਾ 5 ਲੱਖ ਵਾਲਾ ਡਾਇਲੋਗ ਹੋ ਜਾਏ। 5 ਲੱਖ ਦੀ ਕਮੇਟੀ ਨਿਕਲੀ, 4 ਮਹੀਨੇ ਉਹਨੂੰ ਦੁਬਈ ਰੱਖਿਆ, ਘਰ ਆਇਆ ਜਦੋਂ ਪੈਸੇ ਮੁੱਕੇ ਨੇ ਅੱਬੇ ਨੇ ਬੜੀਆਂ ਗਾਲਾਂ ਕੱਢੀਆਂ। ਮੈਂ ਕਿਹਾ ਜਨਾਨੀ ਨੂੰ ਖਵਾਇਆ ਨਾ ਕਾਹਦੀ ਟੈਨਸ਼ਨ, 1 ਲੱਖ ਵੀ ਹੁੰਦਾ ਤਾਂ ਵਾਰ ਦੇਣਾ ਸੀ। ਬੜੀ ਜ਼ੋਰਦਾਰ ਜਨਾਬ ਸਾਡਾ ਵੀਰ। ਲਵ ਯੂ ਲਵ ਯੂ। ਅੱਛਾ ਜੀ ਸੈਯਦ ਸ਼ਰਾਜ਼ੀ ਕਹਿ ਰਿਹਾ ਭਾਈ ਜਾਨ ਜੱਦਾ ਤੋਂ ਸਲਾਮ। ਵਾਲੇਕੁਮ ਸਲਾਮ ਜੱਦੇ ਵਾਲੇ। ਉਹ ਅੱਛਾ ਜੀ ਸ਼ਹਿਜ਼ਾਦਾ ਜਨੂਨ ਸ਼ਹਿਜ਼ਾਦਾ ਕਹਿ ਰਿਹਾ ਤੁਹਾਨੂੰ ਬਾਰੇ ਮਿਹਰਬਾਨੀ ਭੈਣ, ਮੈਨੂੰ ਮੁਹੱਲੇ 'ਚ ਕੋ ਆਲੂਆਂ ਦੀ ਰੇੜੇ 'ਤੇ ਨਹੀਂ ਖਿਲਾਰਦਾ। ਅੱਛਾ ਜੀ ਗੈਮਿੰਗ ਅਲੀ ਕਹਿ ਰਿਹਾ ਲਵ ਯੂ ਹੋ ਗਿਆ ਮੈਨੂੰ ਤੇਰੇ ਨਾਲ। ਉਹ ਮਿਹਰਬਾਨੀ ਮਿਹਰਬਾਨੀ ਮੇਰਾ ਵੀਰ ਸ਼ਹਿਜ਼ਾਦਾ। ਮੁੰਡਾ ਕਹਿ ਰਿਹਾ ਲਵ ਯੂ ਫਰੋਮ ਬਹਿਰੀਨ। ਉਹ ਬਿਸਮਿਲ੍ਲਾ ਕਰਾਂ ਬਹਿਰੀਨ ਵਾਲੇ ਸ਼ਹਿਜ਼ਾਦੇ ਸਾਰੇ। ਬੰਦੇ ਕੋ ਨਹੀਂ ਆ ਰਹੇ, ਸ਼ੇਅਰ ਤੇ ਕਰੋ ਨਾ। ਅੱਛਾ ਜੀ ਮੁੰਡਾ ਕਹਿ ਰਿਹਾ ਲੱਗਾ ਭਾਈ ਜਾਨ ਕਮਾਲ ਦਾ ਟੈਲੈਂਟ ਹੈ ਯਾਰ, ਤੁਹਾਡੀਆਂ ਦੁਆਵਾਂ ਨੇ। ਮੇਰਾ ਅਬਦੁੱਲਾ ਕਿੰਗ ਕਹਿ ਰਿਹਾ ਅੱਲਾ ਆਪਕੋ ਖੁਸ਼ ਰੱਖੇ। ਆਮੀਨ ਆਮੀਨ। ਮੁਦੱਸਰ ਕਹਿ ਰਿਹਾ ਆਈ ਮਿਸ ਯੂ। ਉਹ ਬਿਸਮਿਲ੍ਲਾ ਸਦਕੇ ਜਾਵਾਂ ਤੇਰੇ ਤੋਂ ਵੀਰ ਮੇਰਾ। ਸਲਾਮ ਭਾਈ ਜਾਨ ਕਿਆ ਹਾਲ ਹੈ? ਵਾਲੇਕੁਮ ਅਸਲਾਮ ਠੀਕ ਠਾਕ ਹੋ? ਹਾਂਜੀ ਅੱਲਾ ਦਾ ਸ਼ੁਕਰ ਹੈ ਭਾਈ। ਆਪਕੋ ਬਹੁਤ ਪਿਆਰ ਇਟਲੀ ਸੇ। ਉਹ ਬਿਸਮਿਲ੍ਲਾ ਇਟਲੀ ਵਾਲੇ, ਫਰਾਂਸ ਵਾਲੇ, ਜਰਮਨੀ ਵਾਲੇ। ਡੀਜੇ ਬਾਬੂ ਕਹਿ ਰਿਹਾ ਲਵ ਯੂ ਵੀਰੇ। ਮਿਹਰਬਾਨੀ ਮਿਹਰਬਾਨੀ, ਕਾਲ ਦੇ ਵੀ ਲਵੋ ਯਾਰ। ਸਾਊਦੀਆ ਸੇ ਪਿਆਰ। ਉਹ ਬਿਸਮਿਲ੍ਲਾ। ਅੱਛਾ ਸਾਊਦੀ ਵਾਲੇ ਵੀਰ ਨੇ ਆਪਣੇ। ਅੱਛਾ ਜੀ ਬਸ ਜਿੱਥੇ ਵੀ ਜਿੱਥੇ ਪਾਕਿਸਤਾਨੀ ਨੇ ਹਸਨ ਖੇਡਣ, ਹੋਰ ਕੁਛ ਨਹੀਂ, ਤੁਹਾਡੇ ਪਿਆਰ ਦੀ ਲੋੜ ਹੈ ਤੁਹਾਡੇ ਵੀਰ ਨੂੰ। ਨੁਮਾਨ ਕਹਿ ਰਿਹਾ ਬੀਵੀ ਵਾਲਾ ਤਾਂ ਕੋਈ ਡਾਇਲੋਗ ਮਾਰ ਕੇ ਵਿਖਾਓ। ਪੈਨ ਨਹੀਂ ਲੱਭਦੀ, 14 ਸਾਲਾਂ ਬਾਅਦ ਵਿਆਹ ਹੋਇਆ, ਮੁਹੱਲੇ 'ਚ ਕੋ ਆਲੂ ਨਹੀਂ ਸੀ ਦਿੰਦਾ, ਉਹਨਾਂ ਕੁੜੀ ਦੇ ਦਿੱਤੀ। ਹਾਂਜੀ ਆ ਰਹੇ ਹਾਂ ਜਨਾਬ, ਆਪਣੀ ਜੋ ਜ਼ਰਾ ਪਾਈ। ਅੱਛਾ ਜੀ ਆਪਨੇ ਬਹੁਤ ਲੋਕੋ ਕੋ ਹਸਾਇਆ, ਅੱਲਾ ਖੁਸ਼ ਰੱਖੇ ਆਪ। ਆਮੀਨ ਆਮੀਨ ਆਮੀਨ। ਕਾਲਮੀ ਵਾਲਾ ਕਿਹੜਾ ਜੇ? ਇੱਥੇ ਨਹੀਂ ਕਾਲ ਹੈ ਵੇਖਾਂ। ਅੱਛਾ ਜੀ ਓਮਾਨ ਸੇ ਦੇਖ ਰਹਾ ਹੂੰ ਆਪਕੋ ਮੇਰੀ ਜਾਨ। ਓ ਬਿਸਮਿਲ੍ਲਾ ਕਰੋ, ਸ਼ੇਅਰ ਕਰੋ, ਬੰਦੇ ਇਕੱਠੇ ਕਰੋ। ਅੱਛਾ ਜੀ ਪੋਇਟਰੀ ਵਰਲਡ ਕਹਿ ਰਹੇ ਨਿਊ ਵੀਡੀਓ ਕਿੱਧਰ ਹੈ? ਉਹ ਪੀ ਟੀ ਸੀ ਵਾਲ ਪ੍ਰੈਂਕ ਉਹ ਤੋਂ ਦੇਖੇ ਨਾ ਜਨਾਬ, ਸਬਸਕ੍ਰਾਈਬ ਹੈ ਕਰੋ ਨਾ ਚੈਨਲ, ਅਤੇ ਨਵੀਂ ਵੀਡੀਓ ਆ ਜਾਂਦੀ ਹੈ ਹੁਣੇ ਹੀ। ਉਦੋਂ ਬਾਅਦ ਇੱਕ ਹੋਰ ਨਵੀਂ ਆ ਗਈ। ਅੱਛਾ ਜੀ ਇਨੋਸੈਂਟ ਕਸਬ ਕਹਿ ਰਿਹਾ ਕਹਾਂ ਸੇ ਹੋ ਆਪ? ਗੁਜਰਾਂ ਵਾਲਾ। ਅੱਛਾ ਜੀ ਫਨੀ ਵੀਡੀਓ ਵਾਲਾ ਕਹਿ ਰਿਹਾ ਯਾਰ ਜਵਾਬ ਤੋਂ ਦੋ, ਮੇਰਾ ਨਾਮ ਅਹਿਮਦ ਹੈ। ਅਹਿਮਦ ਭਾਈ ਅਹਿਮਦ ਭੱਟ ਸਾਹਿਬ। ਅੱਛਾ ਜੀ ਆਸਿਫ ਅਸ਼ਰਫ ਕਹਿ ਰਿਹਾ ਕਿਆ ਹਾਲ ਹੈ ਭਾਈ ਜਾਨ? ਅੱਲਾ ਦਾ ਸ਼ੁਕਰ ਤੁਹਾਡੇ ਸਾਹਮਣੇ। ਹਸਨ ਇਜਾਜ਼ ਕਹਿ ਰਿਹਾ ਜੀ ਉਹ ਰਣਮਰੀਦ ਸ਼ਹਿਜ਼ਾਦੇ ਬੱਬਰ ਸ਼ੇਰ ਪਾਕਿਸਤਾਨ ਆਈ ਅਸੀਂ ਕਹਿ ਰਹੀਏ ਵਟਸਐਪ ਗਰੁੱਪ ਬਣਾਓ। ਕੌਣ ਕਹਿ ਰਹੇ ਨੇ? ਪਤਾ ਨਹੀਂ ਕੌਣ ਇਹਨੇ ਨਾ ਹੀ ਜੀ ਰੱਖਿਆ। ਅੱਛਾ ਜੀ ਇਹ ਕਹਿ ਰਿਹਾ ਪੀ ਟੀ ਸੀ ਐਲ ਵਾਲਾ ਪ੍ਰੈਂਕ ਅੱਛਾ ਥਾ। ਮਿਹਰਬਾਨੀ ਪੰਜ 2 ਮਹੀਨੇ ਦਾ ਬਿੱਲ ਸੀ 10,860 ਰੁਪਈਏ ਅਤੇ ਨੈੱਟ ਫੇਰ ਨਹੀਂ ਚੱਲਦਾ, ਅਤੇ ਅਸੀਂ ਉਹਨਾਂ ਨਾਲ ਕੋਈ ਭੈੜਾ ਤਾਂ ਨਹੀਂ ਕੀਤਾ, ਭਰਾ ਨੇ ਵੀ ਸਾਡੇ। ਹਾਂਜੀ ਆਹਾਂ ਉਹਨਾਂ ਨੂੰ ਕੋਈ ਗਲਤ ਗੱਲ ਨਹੀਂ ਕੀਤੀ, ਅਤੇ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਉਮਰ ਭਾਈ ਜਿਨ੍ਹਾਂ ਸਾਡੀ ਕਾਲ ਅਟੈਂਡ ਕੀਤੀ ਅਤੇ ਨੈੱਟ ਚਲਵਾਇਆ 3 ਦਿਨ। ਕਾਸ਼ਿਫ ਬੇਗ ਕਹਿ ਰਿਹਾ ਜਨਾਬ ਹਮਾਰਾ ਨਾਮ ਵੀ ਲੈ ਲਓ। ਕਾਸ਼ਿਫ ਭਾਈ ਨੇ ਨੁਮਾਨ ਕਹਿ ਰਿਹਾ ਭਾਈ ਆਪਕਾ ਨੰਬਰ ਚਾਹੀਏ ਮੁਝੇ, ਈਵੈਂਟ ਕਰਵਾਉਣਾ ਹੈ ਪਲੀਜ਼।
ਸ਼ੇਅਰ ਵੀਡੀਓ ਕਰੋ ਭਾਵੇਂ ਨੰਬਰ ਫੇਸਬੁੱਕ ਤੇ ਪੇਜ ਨੂੰ ਸ਼ੇਅਰ ਕਰੋ ਤੇ ਨੰਬਰ ਫਿਰ ਤੁਹਾਨੂੰ ਦੇ ਦਿਆਂਗੇ। ਪਾਕਿਸਤਾਨ ਆਈ ਐਸ ਆਈ ਵਾਲਾ ਕਹਿ ਰਿਹਾ ਮੇਰਾ ਨਾਮ ਸਾਧ ਹੈ। ਉਹ ਬਿਸਮਿਲ੍ਲਾ ਕਰਾਂ ਮੇਰਾ ਸ਼ਹਿਜ਼ਾਦਾ ਵੀ ਹੈ ਸਾਧ। ਇਹ ਮੁੰਡਾ ਕਹਿ ਰਿਹਾ ਆਈ ਲਵ ਯੂ, ਲਵ ਯੂ ਟੂ। ਮੇਰਾ ਨੇਮ ਲੈ ਲਓ, ਮੇਰਾ ਨਾਮ ਸਨਾ ਹੈ। ਸਨਾ ਜੀ, ਮੇਰੀ ਇੱਕ ਭਤਰੀ ਹੈ, ਉਹਦਾ ਵੀ ਨਾਮ ਸਨਾ। ਉਹ ਕਹਿ ਰਿਹਾ ਲੇਕਿਨ ਝੂਠ ਨਹੀਂ ਬੋਲਣਾ ਚਾਹੀਏ ਥਾ ਆਪਕੋ ਵੀਡੀਓ ਮੈਂ, PTCL ਵਾਲੀ ਮੈਂ। ਭਾਵੇਂ ਉਹ ਐਕਟਿੰਗ ਸੀ ਮੇਰੀ, 10,860 ਰੁਪਈਏ 2 ਮਹੀਨਿਆਂ ਦਾ ਬਿੱਲ ਸੀ, ਜ਼ਿਆਦਤੀ ਨਹੀਂ। ਉਹਨਾਂ ਦੀ ਜ਼ਿਆਦਤੀ ਨਾ ਗਿਣਿਆ, ਸਾਡੀ ਜ਼ਿਆਦਤੀ ਗਿਣੀ ਜਾਇਜ਼। ਆਹ ਮੈਂ ਉਮਰ ਭਾਈ ਜਿਹੜੇ ਜਿੰਨਾ ਨੈੱਟ ਚਲਾਇਆ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ। ਮੇਰੇ ਭਾਈ ਨੇ ਉਹਨਾਂ ਦਾ ਦਿਲ ਦੁਖਿਆ ਤਾਂ ਮੈਂ ਉਹਨਾਂ ਕੋਲ ਮਾਜ਼ਰਤ। ਹਮਜ਼ਾ ਅਲੀ ਕਹਿ ਰਿਹਾ ਭਾਈ ਮੈਂ ਆਪਕਾ ਬਹੁਤ ਬੜਾ ਫੈਨ ਹੂੰ। ਬੜੀ ਮਿਹਰਬਾਨੀ ਭਾਈ, ਮੈਂ ਆਪ ਹੀ ਉਦਣ ਦਾ ਫੈਨ ਬਣ ਗਿਆ ਹਾਂ ਛੱਤ ਵਾਲਾ। ਇਹ ਲੋ ਜੀ, ਇਹ ਕੁੜੀ ਕਹਿ ਰਹੀ ਹੈ ਮੈਂ ਆਪਸੇ ਸ਼ਾਦੀ ਕਰਨਾ ਚਾਹਤੀ ਹੂੰ। ਮੇਰੀ ਅੱਗੇ ਹੋਈ ਜੇ ਉਹ ਜਾਂਦੀ ਬਈ, ਉਹਨੇ ਹੀ ਬਹੁਤ ਪਾਇਆ ਜੀ ਅੱਗੇ। ਅੱਛਾ ਜੀ, ਇਹ ਹਮਜ਼ਾ ਅਲੀ ਕਹਿ ਰਿਹਾ ਮੈਂ ਆਪਕੀ ਐਕਟਿੰਗ ਕਾ ਬਹੁਤ ਬੜਾ ਫੈਨ ਹੂੰ। ਉਹ ਬਿਸਮਿਲ੍ਲਾ ਕਰਾਂ, ਮੈਂ ਇਹਨਾਂ ਗੱਲਾਂ ਦਾ ਤਾਂ ਮੇਰਾ ਅੰਦਰੋਂ ਦਿਲ ਰੋਂਦਾ। ਚਲੋ ਅਹਿਮਦ ਮੁਰਤਜ਼ਾ ਕਹਿ ਰਹੇ ਆਪ ਫਿਰੋਜ਼ ਵਾਲਾ ਰਹਿਤੇ ਹੋ। ਹਾਏ ਸ਼ਹਿਜ਼ਾਦਾ ਲੱਗਾ ਭਾਈ। ਅੱਛਾ ਜੀ, ਮੈਂ ਆਪਕੋ ਪਹਿਲੇ ਸੇ ਹੀ ਜਾਣਤਾ ਹੂੰ। ਓਹੋ, ਕੌਣ ਕਹਿ ਰਹੇ? ਅਹਿਮਦ ਹਮੀਦ ਕਹਿ ਰਿਹਾ ਅੱਲਾ ਹਾਫਿਜ਼, ਮੈਂ ਨਾਰਾਜ਼ ਹੂੰ ਆਪਸੇ। ਓ ਨਹੀਂ ਨਹੀਂ ਭਾਈ, ਨਾਰਾਜ਼ ਨਹੀਂ ਹੋਣਾ ਆਪਣੇ ਭਰਾ, ਇਹਦਾ ਭਰਾ ਤੋਂ ਡਰ ਹੋਣ ਲੱਗ ਪਏਗਾ। ਅੱਛਾ ਜੀ, ਜਾਵੇਦ ਕਹਿ ਰਿਹਾ ਵੈਰੀ ਨਾਈਸ ਯਾਰ, ਮਿਹਰਬਾਨੀ, ਗੁੱਡ ਲੁਕਿੰਗ। ਅੱਛਾ ਜੀ, ਰਾਸਿਮ ਜ਼ਿਆਫ ਕਹਿ ਰਿਹਾ ਭਾਈ ਜਾਨ ਮੈਂ ਗੁਜਰਾਂ ਵਾਲਾ ਆਲਮ ਚੌਕ ਸੇ ਹੂੰ। ਬਿਸਮਿਲ੍ਲਾ, ਆਲਮ ਚੌਕ ਤੋਂ ਪੈਸੇ ਲੈਣੇ ਦਿੰਦੇ ਨਹੀਂ ਹੈ। ਹਾਂਜੀ, ਹਸਨ ਰਿਆਜ਼, ਹਸਨ ਇਜਾਜ਼ ਕਹਿ ਰਿਹਾ ਲਵ ਯੂ ਭਾਈ ਜਾਨ, ਲਵ ਯੂ ਟੂ, ਲਵ ਯੂ ਟੂ। ਯਾਰ ਆਪਕੋ ਮੈਨੇ ਕੁਛ ਕਹਾ ਹੈ, ਇਜਾਜ਼ ਜੱਟ ਕਹਿ ਰਿਹਾ ਜੀ। ਕੀ ਭਾਣ ਕਿਹਾ ਜੇ, ਥੱਲੇ ਲਿਖ ਕੇ ਘੱਲੋ ਫਿਰ। ਹਮਜ਼ਾ ਅਕਬਰ ਕਹਿ ਰਿਹਾ ਇੱਕ ਵਾਰ ਐਕਟਿੰਗ ਕਰਕੇ ਦਿਖਾਓ ਯਾਰ। ਰਾਤੀ ਅੰਮੀ ਨੇ ਬਿਰਿਆਨੀ ਪਕਾਈ ਹੈ, ਛੋਟੇ ਭਰਾ ਨੇ ਸਾਰੀਆਂ ਹੀ ਬੋਟੀਆਂ ਖਾ ਛੱਡੀ, ਸਾਰੀ ਰਾਤ ਨਹੀਂ ਸੁੱਤਾ, ਰੋਜ਼ਾ ਵੀ ਨਹੀਂ ਰੱਖਿਆ, ਉਹਨੇ ਕਾਹਤੋਂ ਬੋਟੀਆਂ ਖਾਧੀ। ਨਬੀਲ ਜਾਨੀ ਕਹਿ ਰਿਹਾ ਤੁਸੀਂ ਸਾਡਾ ਜਵਾਬ ਕਿਉਂ ਨਹੀਂ ਦਿੰਦੇ ਹੈ? ਔਰ ਨਬੀਲ, ਨਬੀਲ, ਨਬੀਲ ਜਾਨੀ ਸ਼ਹਿਜ਼ਾਦਾ ਮੇਰਾ ਵੀਰ। ਅੱਛਾ ਜੀ, ਸ਼ੇਅਰ ਕਰੋ, ਬੰਦੇ ਇਕੱਠੇ ਕਰੋ। ਮੁਦੱਸਰ ਕਹਿ ਰਿਹਾ ਮੇਰਾ ਨਾਮ ਵੀ ਲਓ। ਮੁਦੱਸਰ ਭਾਈ ਕੀ ਹਾਲ ਹੈ? ਮੁਦੱਸਰ ਸ਼ਹਿਜ਼ਾਦਾ ਚੀਤਾ। ਅੱਛਾ ਜੀ, ਫਨੀ ਵੀਡੀਓਜ਼ ਵਾਲਾ ਕਹਿ ਰਿਹਾ ਮੈਂ ਬਾਦਤ ਕਲੋਨੀ ਸੇ ਹੂੰ, ਦੇਖ ਰਹਾ ਹੂੰ ਆਪਕੋ। ਓ ਕੀ ਬਾਤ ਹੈ ਜੀ, ਮਿਹਰਬਾਨੀ। ਬਾਦਤ ਕਲੋਨੀ ਦੇ ਭਾਣ ਨਾਲ ਹੀ ਆਲ ਸ਼ਫੀ ਮਹਿਰਾ ਮੈਰਿਜ ਹਾਲ ਜੇ। ਓਮਾਨ ਕੇ ਲੀਏ ਦੁਆ ਕਰੇ ਦੇ, ਤੂਫਾਨ ਆ ਰਿਹਾ ਹੈ ਓਮਾਨ ਵਿੱਚ। ਓਮਾਨ ਵਿੱਚ ਅੱਲਾ ਰਹਿਮ ਕਰੇ, ਉੱਥੇ ਤਾਂ ਭਰਾ ਨੇ ਆਪਣੇ ਸਾਰੇ। ਹੈਂ ਜੀ ਜੀ, ਬੱਬਰ ਸ਼ੇਰ ਮੇਰਾ ਵੀਰ। ਅੱਛਾ, 829 AHN ਸਪੋਰਟਸ ਕਹਿ ਰਿਹਾ ਲਵ ਯੂ, ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਸ਼ੁਕਰੀਆ। ਅੱਛਾ ਜੀ, ਸਰਦਾਰ ਗੱਬਰ ਸਿੰਘ ਕਹਿ ਰਿਹਾ ਭਾਈ ਬਹਿਨ ਬਹੁਤ ਸੋਹਣੀ ਐਕਟਿੰਗ ਕਰਦੇ ਹੋ, ਫਰੋਮ ਇੰਡੀਆ, ਮੇਰੇ ਦਾਦਾ ਜੀ ਵੀ ਗੁਜਰਾਂ ਵਾਲਾ ਤੋਂ ਆਏ ਸੀ। ਅੱਛਾ, ਇਸੇ ਤੋਂ ਅਸੀਂ ਦਾਦਾ ਜੀ ਇੰਡੀਆ ਘੱਲੇ, ਫੌਤ ਹੋ ਗਏ ਆਏ ਹਨ ਉੱਥੋਂ, ਇੰਡੀਆ 'ਚੋਂ ਲਾਸ਼ਾਂ ਹੀ ਆਉਂਦੀਆਂ ਉੱਥੋਂ, ਹੋਰ ਉਮੀਦ ਵੀ ਕੀ। ਨਬੀਲ ਜਾਨੀ ਕਹਿ ਰਿਹਾ ਮਾਨ ਸੇ ਦੇਖ ਰਹਾ ਹੂੰ ਆਪਕੋ, ਇਹਨਾਂ ਦੱਸਿਓ ਭਾਅ ਜੀ, ਇਹ ਜੱਟ ਬਾਦਸ਼ਾਹ ਕਹਿ ਰਹੇ ਆ ਆਪ ਰਾਹ ਵਾਲੀ ਕਸ਼ਮੀਰ ਕਲੋਨੀ ਸੇ ਰਹੋ, ਇਹਨੂੰ ਦੱਸੋ ਆਪਣਾ ਐਡਰੈਸ ਭਾਅ ਜੀ। ਉਹ ਭਾਵੇਂ ਨਹੀਂ, ਮੈਂ ਅਲ ਸ਼ਫੀ ਮੈਰਿਜ ਹਾਲ ਘੋੜਾ ਦੋ ਰੋਡ, ਹਾਂਜੀ, ਭਾਵੇਂ ਅਬਦਰਮਾਨ ਮਾਨਾ ਭੱਟੀ ਸਾਹਿਬ ਮੇਰੇ ਸ਼ਹਿਜ਼ਾਦੇ ਵੀਰ ਨੇ। ਅੱਛਾ ਜੀ, ਬਾਬਰ ਮੁਨੱਵਰ ਕਹਿ ਰਿਹਾ ਕਾਲ ਕਰ ਲੈਣਾ ਯਾਰ ਪਲੀਜ਼, ਨਹੀਂ ਤਾਂ ਮੇਰਾ ਦਿਲ ਰੋਂਦਾ ਹੈ। 15,000 ਰੁਪਏ 'ਚ ਅਕਾਊਂਟ ਖੁਲਾਇਆ, ਤਿੰਨੇ ਹੀ ਟਾਇਰ ਵੇਚ ਛੱਡੇ ਨੇ, ਰਕਸ਼ਾ ਇੱਟਾਂ ਦੇ ਖਿਲਾਰ ਗਿਆ ਹੈ, ਸਿਰਫ ਲਾਣ ਹੀ ਹੋਇਆ, ਕਿਸੇ ਨੇ ਪੈਸਾ ਕੋ ਨਹੀਂ ਭੇਜਿਆ। ਫਿਰ ਕਹਿੰਦੇ ਨੇ ਤੇਰਾ ਅੰਦਰੋਂ ਦਿਲ ਕਿਉਂ ਰੋਂਦਾ, ਰੋਵੇ ਨਾ। ਹਾਂਜੀ ਵੀਰ, ਮੇਰੇ ਬੱਬਰ ਸ਼ੇਰ। ਅੱਛਾ ਜੀ, ਸੈਯਦ ਸ਼ਰਾਜ਼ੀ ਕਹਿ ਰਿਹਾ ਨਵਾਜ਼ ਸ਼ਰੀਫ 'ਤੇ ਵੀਡੀਓ ਬਣਾਓ। ਭਾਵੇਂ ਨਹੀਂ, ਉਹ ਦੋਵੇਂ ਹੀ ਆਪਣੇ ਜਿਗਰ ਨੇ, ਇਮਰਾਨ ਖਾਨ ਸਾਹਿਬ ਵੀ, ਮੀਆਂ ਸਾਹਿਬ ਵੀ, ਅੱਲਾ ਇਹਨਾਂ ਨੂੰ ਜ਼ਿੰਦਗੀਆਂ ਦੇ। ਮੈਂ ਸਿਆਸੀ ਬੇਸ 'ਤੇ ਕੋਈ ਵੀਡੀਓ ਨਹੀਂ ਸ਼ੇਅਰ ਕਰ ਸਕਦਾ, ਮੈਂ ਫਨੀ ਬੰਦਾ ਹਾਂ,
ਇਹ ਨਾ ਹੋਵੇ ਮੈਨੂੰ ਇੱਟਾਂ ਪੈਣ ਘਰ, ਮੈਂ ਘਰ ਜੋਗਾ ਨਾ ਘਾਟ ਜੋਗਾ। ਧੋਬੀ ਦੇ ਸਮਝ ਤਾਂ ਤੁਸੀਂ ਗਏ। ਅੱਛਾ ਜੀ, ਕੀ ਇਹ ਸਨੀ ਬਾਊ ਕਹਿ ਰਿਹਾ ਭਾਅ ਜੀ ਸਾਡਾ ਵੀ ਮੈਸੇਜ ਪੜ੍ਹ ਲਿਆ ਕਰੋ। ਪੜ੍ਹਾਓ ਜੀ ਸਨੀ ਸਾਹਿਬ। ਤੇਰਾ ਦਿਲ ਕਿਉਂ ਰੋਂਦਾ ਹੈ? ਛੋਟੇ ਭਰਾ ਨੇ ਬੋਟੀਆਂ ਕਿਉਂ ਖਾਧੀਆਂ? ਬਿਰਿਆਨੀਆਂ, ਬਿਰਿਆਨੀ ਜੋ ਸਾਰੀਆਂ ਬੋਟੀਆਂ ਖਾ ਗਏ। ਅੱਛਾ ਜੀ, ਇਹ ਫਨੀ ਫਨੀ ਵੀਡੀਓ ਜਿਹੜਾ ਵਾਧਤ ਕਲੋਨੀ ਵਾਲਾ ਕਹਿੰਦਾ ਆਪ ਆਏ ਤੇ ਹਮਾਰੇ ਘਰ ਨਈਮ ਬੱਟ ਸਾਹਿਬ ਕੇ ਘਰ। ਉਹ ਨਈਮ ਬੱਟ ਸਾਹਿਬ ਸ਼ਹਿਜ਼ਾਦੇ, ਉਹਨਾਂ ਭੈਣ ਮੇਰਾ ਨਾਲ ਬੜਾ ਪਿਆਰ ਕੀਤਾ। ਉਹਨਾਂ ਦੇ ਦਾਦਾ ਜੀ ਨੇ ਡੀ ਐੱਸ ਪੀ ਸਲੀਮ ਬੱਟ ਸਾਹਿਬ, ਭਾਈ ਭਾਈ ਆਟੋ 'ਤੇ ਵੀ ਉਹਨਾਂ ਮੈਨੂੰ ਸੱਦਿਆ ਹੈ, ਨਈਮ ਬੱਟ ਸਾਹਿਬ। ਕਿਆ ਬਾਤ, ਸ਼ਹਿਜ਼ਾਦੇ ਨੇ ਖੁਦਾ ਦੀ ਕਸਮੇ ਬੜਾ ਪਿਆਰ ਮੈਨੂੰ ਕੀਤਾ ਉਹਨਾਂ, ਬੜਾ। ਉਹਨਾਂ ਦੀ ਦੁਕਾਨ ਤੋਂ ਮੋਟਰਸਾਈਕਲਾਂ ਵੀ ਖਰੀਦਣੀਆਂ ਜੇ ਮਤੇ ਵਧੀਆ ਰੇਟ ਵੀ ਵਧੀਆ। ਬੋਟੀ ਵਾਲੀ ਵੀਡੀਓ ਨਹੀਂ ਲੱਭਦੀ ਪਈ ਉਹਨਾਂ ਕੋਲ, ਦੋ ਤਿੰਨ ਦਿਨ ਬਾਅਦ ਭਾਵੇਂ ਨਾ ਇਹ ਨਹੀਂ, ਦੋ ਤਿੰਨ ਦਿਨ ਬਾਅਦ ਲੱਭੇਗੀ ਬੋਟੀ ਵਾਲੀ ਵੀਡੀਓ। ਅੱਛਾ ਜੀ, ਆਉਂਦਾ ਉਹ ਮੇਰੇ ਮਾਮੂ ਹੈ ਨਈਮ ਬੱਟ ਸਾਹਿਬ। ਅੱਛਾ ਅੱਛਾ, ਮਿਹਰਬਾਨੀ ਜੀ ਮਿਹਰਬਾਨੀ। ਸ਼ਹਿਜ਼ਾਦੇ ਨੇ, ਬੱਬਰ ਸ਼ੇਰ ਨੇ ਬੜਾ ਪਿਆਰ ਕੀਤਾ। ਉਹਨਾਂ ਮੈਨੂੰ ਤਸਵੀਰਾਂ ਮੇਰੇ ਨਾਲ ਬੈਗ ਖਿਚਾਈਆਂ ਨੇ, ਨਾਲੇ ਉਹਨਾਂ ਮੈਨੂੰ ਨੰਬਰ ਦਿੱਤਾ। ਪੁੱਤਰ ਕੋਈ ਕੰਮ ਹੋਇਆ ਅਸੀਂ ਉਹਨਾਂ ਦਾ ਸ਼ੁਕਰੀਆ ਨਹੀਂ। ਸਨੀ ਰਾਓ ਕਹਿ ਰਹੇ ਅਗਰ ਆਪ ਡਰਾਮੂ ਮੇਂ ਕਾਮ ਕਰਨਾ ਚਾਹਤੇ ਹੈ ਤੋ ਕੰਟੈਕਟ ਕਰੇ। ਕੌਣ ਦਿੰਦਾ ਹੈ ਸਾਨੂੰ ਚਾਂਸ? ਸਾਨੂੰ ਮੁਹੱਲੇ ਦੇ ਰੇਹੜੀ 'ਤੇ ਨਹੀਂ ਖਲੋਣ ਦਿੰਦਾ ਕੋਈ, ਉਹਦਾ ਭਰਾ ਹੀ ਉੱਤੇ ਪਾਣੀ ਪਾਊਂਗਾ। ਅਹਿਮਦ ਮੀਤ ਕਹਿ ਰਿਹਾ ਮੇਰੇ ਮੈਸੇਜ ਨਹੀਂ ਪੜ੍ਹਨੇ ਤੋਂ ਬੰਦ ਕਰ ਦੂੰ ਵੀਡੀਓ? ਨਹੀਂ ਨਹੀਂ ਭੈਣ, ਪੜ੍ਹਨੇ ਨੇ, ਪੜ੍ਹੋ ਜੀ ਭੈਣ। ਮੇਰਾ ਦਿਲ ਰੋਂਦਾ ਹੈ ਅੰਦਰੋਂ, ਵਾਸਿਫ ਰਿਆਜ਼ ਕਹਿ ਰਿਹਾ। ਤੁਹਾਡਾ ਕਿਉਂ ਦਿਲ ਰੋਂਦਾ? ਮੈਂ ਜੋ ਐਵਾਂ। ਮੁਦੱਸਰ ਬਲੋਚ ਕਹਿ ਰਿਹਾ ਬਿਗ ਫੈਨ ਆਫ ਯੂ। ਉਹ ਮਿਹਰਬਾਨੀ, ਸ਼ੁਕਰੀਆ ਸ਼ੁਕਰੀਆ। ਫਰਜ਼ਾਨ ਨਦੀਮ ਕਹਿ ਰਿਹਾ ਸਰ ਜੀ ਸਾਡਾ ਵੀ ਨਾਮ ਲੈ ਲਓ। ਕੀ ਨਾਮ ਹੈ? ਫਰਜ਼ਾਨ। ਬੰਦੇ ਕੋ ਨਹੀਂ ਆ ਰਹੇ, ਸ਼ੇਅਰਿੰਗ ਦੇ ਕਰੋ। ਅੱਛਾ ਜੀ, ਅਬਦੁਲ ਅਜ਼ੀਜ਼ ਕਹਿ ਰਿਹਾ ਜਨਾਬ ਜਵਾਬ ਤੋਂ ਦੋ। ਆਸਮ ਲਾਹੌਰੀ ਕਹਿ ਰਿਹਾ ਲਵ ਯੂ। ਓ ਲਵ ਯੂ ਟੂ। ਮੁਦੱਸਰ ਬਲੋਚ ਕਹਿ ਰਿਹਾ ਮੇਰਾ ਨਾਮ ਲੈ ਲਓ ਇੱਕ ਵਾਰ। ਮੁਦੱਸਰ ਬਲੋਚ ਸਾਹਿਬ, ਉਹ ਬਲੋਚ ਹੁਣ ਜੀ ਸ਼ਹਿਜ਼ਾਦੇ। ਅੱਛਾ ਜੀ, ਮੋਇਜ਼ ਕਹਿ ਰਿਹਾ ਫੋਨ ਨੰਬਰ ਦੇ ਦਿਓ। ਫੋਨ ਨੰਬਰ ਮੰਗ ਰਹੇ ਅੱਗੇ ਭਾਵੇਂ ਦੇ ਕੇ, ਚਾਰ ਦਿਨ ਹੋ ਗਏ ਨਾ ਦਿਨੇ ਸਕੂਨ ਹੁੰਦਾ ਨਾ ਰਾਤੀ ਬੰਦ ਕਰਕੇ ਫੋਨ ਸੌਣ ਡਿਆ। ਅੱਛਾ ਜੀ, ਉਹ ਵਾਮ ਕਹਿ ਰਹੀ ਹੈ ਫੇਸਬੁੱਕ 'ਤੇ ਲਾਇਵ ਆਓ। ਭਾਵੇਂ ਰੋਜ਼ ਉੱਤੇ ਫੇਸਬੁੱਕ 'ਤੇ ਆ ਕੇ ਤੰਗ ਆ ਗਏ ਅਤੇ ਇਹਦੇ 'ਤੇ ਤੁਸੀਂ। ਅੱਛਾ ਜੀ, ਉਹ ਨਈਮ ਬੱਟ ਸਾਹਿਬ ਦਾ ਕਹਿ ਰਿਹਾ ਕਿ ਸੰਡੇ ਕੋ ਫਿਰ ਆਪਕੋ ਘਰ ਬੁਲਾਉਣਾ ਹੈ। ਕੋਈ ਗੱਲ ਨਹੀਂ, ਮੈਂ ਨੌਕਰ ਤਾਬਿਆਦਾਰ ਬੱਟ ਸਾਹਿਬ ਦਾ। ਬੱਟ ਸਾਹਿਬ ਆਪਣੇ ਜਿਗਰ ਜਾਨ ਨੇ। ਭਾਈ ਭਾਈ ਆਟੋ ਤੋਂ ਨਾ ਗੋਂਦਾ ਡਿੰਗੇ ਫਾੜਕ ਦੇ ਕੋਲ ਹੈ ਅਤੇ ਉੱਥੋਂ ਨਾ ਮੋਟਰਸਾਈਕਲਾਂ ਵੀ ਲਿਆਉਣੀਆਂ ਜੇ। ਮੁਹਤ ਨਹੀਂ ਦਿੰਦੇ, ਮੁੱਲ ਦਿੰਦੇ ਨੇ ਪਰ ਰਿਆਤ ਸਹੀ ਰੇਟ ਦੇ ਜਾਇਜ਼। ਬਦਰ ਮਨੀਰ ਕਹਿ ਰਿਹਾ ਯਾਰ ਇਫਤ ਬਲੋਚ ਕੋ ਮੇਰੀ ਤਰਫ ਸੇ ਲਵ ਯੂ ਬੋਲ ਦਿਓ। ਇਫਤ ਬਲੋਚ, ਇਫਤ ਬਲੋਚ ਹੁਣ ਪਤਾ ਨਹੀਂ ਬੰਦਾ ਕੀ ਜੋ ਵੀ ਉਹਨੂੰ ਸਲਾਮ ਲੈਕਮ ਕਿਹਦੇ ਬਦਰ ਬਦਰ ਮਰੀਰ ਵੱਲੋਂ। ਆਹੋ, ਬਦਰ ਮਰੀਰ ਇੱਕ ਤੇ ਫਿਲਮਾਂ ਵਾਲਾ ਹੈ ਨਾ। ਅੱਛਾ ਜੀ, ਮੁਹੰਮਦ ਅਲੀ ਕਹਿ ਰਿਹਾ ਅਸਲਾਮ ਅਲੈਕਮ ਜਨਾਬ, ਮੈਂ ਜੇਹਲਮ ਸੇ ਹੂੰ। ਵਾਲੇਕਮ ਸਲਾਮ। ਜੇਹਲਮ ਦਾ ਤਾਂ ਪਾਣੀ ਬੜਾ ਗਰਮ ਹੈ। ਆਪਕੋ ਆਪਕੋ ਸ਼ੇਅਰ ਕਰੋ। ਗੋਸਫ ਖੁਲਕਰ ਕਹਿ ਰਿਹਾ ਸਹੀ ਮਰਾਸੀ ਹੈ। ਉਹ ਮਰਾਸੀ ਨਹੀਂ, 84-85-86 ਆ ਮਰਾਸੀ ਤੇ ਮੇਰੇ ਨਾਲ ਥੱਲੇ ਨੇ ਮਰਾਸੀਆਂ ਨੂੰ ਤੇ ਮੈਂ ਆਪ ਬੋਝ ਜੀ ਪਾ ਕੇ ਫਿਰਨਾ। ਅੱਛਾ ਜੀ, ਕੋਈ ਨਹੀਂ, ਜੋੜ ਕਹਿ ਰਿਹਾ ਮੇਰਾ ਨਾਮ ਲਓ ਉਹਨੂੰ ਕੋ ਥੱਲੇ ਤੇਰਾ ਨਾਮ ਸਾਨੂੰ ਪਤਾ ਹੀ ਨਹੀਂ। ਨਾਂ ਦਾ ਨਹੀਂ ਪਤਾ ਹੁਣ, ਜੋੜ ਹੀ ਕੋਈ ਨਹੀਂ ਤੁਸੀਂ ਆਉਂਦੇ। ਅਬਦੁਲ ਅਜ਼ੀਜ਼ ਕਹਿ ਰਿਹਾ ਆਈ ਮਿਸ ਯੂ, ਆਈ ਮਿਸ ਯੂ ਟੂ। ਅੱਛਾ, ਅਹਿਮਦ ਹਮੀਦ ਕਹਿ ਰਿਹਾ ਡਾਇਲੋਗ ਸੁਣਾ ਦਿਓ, ਤਾਇਆ ਜੀ ਦੀ ਲਾਸ਼ ਵੇਖਣੀ ਹੈ। ਤਾਇਆ ਜੀ ਜਰਮਨੀ ਫੌਤ ਹੋ ਗਏ ਨੇ, ਉਹਨਾਂ ਦੀ ਮਈਅਤ ਵੇਖਣੀ ਹੈ। ਸਿਰਫ 5 ਮਿੰਟ ਨੈੱਟ ਚਲਾ ਦਿਓ, ਤੁਹਾਡੀ ਮਿਹਰਬਾਨੀ। ਸਿਰਫ 5 ਮਿੰਟ। ਅੱਛਾ ਜੀ, ਇਨੋਸੈਂਟ ਕਹਿ ਰਿਹਾ, ਕਾਸਿਮ ਕਹਿ ਰਿਹਾ ਅਲੀ ਬਾਈ ਕਾਲ ਮੀ। ਅੱਛਾ ਜੀ, ਉਸ ਤੋਂ ਬਾਅਦ ਜ਼ੀਸ਼ਾਨ ਹੈਦਰ ਜੀ, ਜੀ ਭਾਈ ਕਹਿ ਰਿਹਾ ਭਾਈ ਮੇਰਾ ਨਾਮ ਲਓ, ਜ਼ੀਸ਼ਾਨ ਹੈਦਰ। ਜ਼ੀਸ਼ਾਨ ਹੈਦਰ ਸਾਹਿਬ ਕਿਹਦਾ? ਸ਼ਾਹਜੀਆਂ ਦਾ। ਮਿਹਰਬਾਨੀ। ਡੈਨੀਅਲ ਹਨੀ ਕਹਿ ਰਿਹਾ ਇੱਕ ਵਾਰ ਆਈ ਲਵ ਯੂ ਬੋਲ ਦਮ ਵੀਰ। ਲਵ ਯੂ ਟੂ, ਆਈ ਲਵ ਯੂ, ਆਈ ਲਵ ਯੂ, ਆਈ ਲਵ ਯੂ।
ਅੱਛਾ ਜੀ, ਆਸਿਮ ਲਾਹੌਰੀ ਕਹਿ ਰਿਹਾ, ਮੇਰਾ ਨਾਮ ਤੋਂ ਲੋ ਆਸਿਮ ਲਾਹੌਰ ਲਾਹੌਰੀ ਆਸਿਮ ਲਾਹੌਰੀ ਲਾਹੌਰ ਦੇ ਨਾਨ ਬੜੇ ਥੱਕੇ ਨੇ, ਮੈਂ ਪਰਸੋਂ ਗਿਆ ਖਾਧੇ ਨੇ, ਅਜੇ ਤੱਕ ਵੱਟ ਪਏ। ਅੱਛਾ ਜੀ, ਆਖੀ ਬਲੋਚ ਕਹਿ ਰਹੇ ਕਿਆ ਹਾਲ ਹੈ ਬਾਈ, ਅੱਲਾ ਦਾ ਸ਼ੁਕਰ ਹੈ। ਅੱਛਾ ਜੀ, ਇਹ ਕੁੜੀ ਕਹਿ ਰਹੀ ਹੈ ਮਾਈ ਨੇਮ ਇਜ਼ ਨਿਦਾ ਮਿਰਜ਼ਾ, ਨਿਦਾ ਮਿਰਜ਼ਾ, ਮਾਈ ਨੇਮ ਇਜ਼ ਮੁਹੰਮਦ ਅਲੀ ਜੀ, ਆਈ ਵਾਂਟ ਟੂ ਫਰੈਂਡਸ਼ਿਪ, ਲਵ ਇਜ਼ ਦਾ ਲਾਈਫ, ਟੈਲ ਮੀ ਨੋ ਜਸਟ ਫਾਰ ਇਨ ਲਾਈਫ, ਟੈਲ ਯੂ ਸ਼ੋ ਯੂ ਹਾਊ ਮੱਚ ਆਈ ਲਵ ਯੂ, ਥੈਂਕ ਯੂ ਵੈਰੀ ਮੱਚ ਜੀ ਜੀ। ਅੱਛਾ ਜੀ, ਆਦਿਲ ਕਹਿ ਰਿਹਾ ਸਾਡਾ ਨਾਮ ਨਹੀਂ ਲੈ ਰਹੇ ਤੁਸੀਂ, ਆਦਿਲ ਭਾਈ, ਆਦਿਲ 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 ਹੈ ਆਦਿਲ ਹੋਰ ਭਾਈ। ਯਾਸਰ ਭੱਟ ਕਾ ਨਾ ਪਤਾ ਹੈ, ਉਨਸੇ ਪੁੱਛੋ। ਯਾਸਰ ਭੱਟ, ਆਹੋ ਭਾਈ ਹੋਏਗਾ ਆਪਣਾ, ਵੇਖੇ ਮਿਲੇ ਹੋਣਗੇ, ਹੁਣ ਤੁਹਾਡੇ ਭਰਾ ਨੂੰ ਪੂਰੀ ਦੁਨੀਆ ਜਾਣਦੀ ਹੈ। ਇਹ ਅੱਲਾ ਚਾ ਜੀ, ਅਹਿਮਦ ਮੁਰਤਜ਼ਾ ਕਹਿ ਰਿਹਾ ਭਾਈ ਪਤਾ ਕੀ, ਮੇਰਾ ਵੱਡਾ ਮੁੰਡਾ ਵੀ ਨਾ ਦਸਵੀਂ ਜੋ ਹਟ ਗਿਆ, ਅਤੇ ਹੁਣ ਪਤਾ ਕੀ ਕਰਦਾ ਪਿਆ, ਬੇਰਾਂ ਦੀ ਰੇਹੜੀ ਲਾਈ ਉਹਨੇ, ਜ਼ਲੀਲ ਹੋ ਰਿਹਾ। ਪੜ੍ਹਾਈ ਇੱਕ ਬਹੁਤ ਅੱਛੀ ਚੀਜ਼। ਅੱਛਾ ਜੀ, ਉਹ ਖੈਰ ਮੁਹੰਮਦ ਅਲੀ ਦੀ ਅਸ਼ਫਾਕ ਮਹਿਰ ਕਹਿ ਰਿਹਾ, ਮਹਿਰ ਜੀ ਮਿਹਰਬਾਨੀ। ਐਮ ਸਫਦਰ ਕਹਿ ਰਿਹਾ ਕਿਆ ਪੀ ਰਹੇ ਹੋ, ਮੈਂ ਭਾਵੇਂ ਸਟਿੰਗ ਦੀ ਬੋਤਲ, ਸਟਿੰਗ ਤੇਜ਼ ਕਾ ਝਟਕਾ। ਉਹ ਕਹਿ ਰਿਹਾ ਆਮਿਰ ਬਲੋਚ ਕਾ ਨਾਮ ਲਓ ਪਲੀਜ਼, ਆਮਿਰ ਬਲੋਚ ਜਨਾਬ, ਮੇਰੇ ਚਾਚੂ ਕਾ ਨਾਮ ਵੀ ਮੁਹੰਮਦ ਅਲੀ ਹੈ, ਉਹ ਵੀ ਆਪਕੀ ਤਰ੍ਹਾਂ ਬਹੁਤ ਮਜ਼ਾਕੀਆ ਹੈ। ਉਹ ਬਿਸਮਿਲ੍ਲਾ ਕਰਾਂ, ਉਹ ਭਾਵੇਂ ਛੋਟੇ ਹੋਣੇ ਨੇ, ਮੈਂ ਵੱਡਾ। ਅੱਛਾ, ਨੀਤਾ ਕਹਿ ਰਹੀ ਹੈ ਕਹਾਂ ਸੇ ਹੈ ਆਪ, ਗੁਜਰਾਂਵਾਲਾ ਸੇ। ਅੱਛਾ ਜੀ, ਅੱਛਾ ਜੀ, ਸਾਲੇ ਸਹੀਦ ਕਹਿ ਰਿਹਾ ਮੈਂ ਵੀ ਰਣਮਰੀਤ ਬਣਨਾ ਚਾਹਤਾ ਹੂੰ, ਮੁਝੇ ਕੋਈ ਮਸ਼ਵਰਾ ਦੇ। ਮਸ਼ਵਰਾ ਇਹ ਕਿ ਨਵਾਂ ਤਾਂ ਰਣਮਰੀਤ ਦਾ ਸ਼ਰਬਤ ਕੱਢਿਆ, ਉਹ ਪੀ ਲਓ, ਇਨਸ਼ਾਅੱਲਾ ਬੰਦਾ ਰਣਮਰੀਤ ਹੋ ਜਾਏਗਾ। ਅੱਛਾ, ਉਹ ਸ਼ਰਬਤ ਕਿਵੇਂ ਬਣਦਾ? ਸ਼ਰਬਤ ਬਣਦਾ ਹੈ, ਇੱਕ ਗਲਾਸ ਨੀਮ ਗਰਮ ਪਾਣੀ ਲੈਣਾ, ਬੇਗਮ ਦੇ ਪੈਰ ਧੋਣੇ ਨੇ, ਸ਼ਹਿਦ ਲੱਭ ਜੇ ਤਾਂ ਸਭ ਨਾਲੋਂ ਵਧੀਆ, ਅਬਲ ਤਾਂ ਹੁਣ ਸ਼ਹਿਦ ਲੱਭਦਾ ਨਹੀਂ, ਅਤੇ ਰੂਹ ਅਫਜ਼ਾ ਦੀ ਦੋ ਚਮਚੀਆਂ ਪਾ ਕੇ ਨਾ ਰਾਤ ਦੇ 12 ਵਜੇ ਕੋਠੇ 'ਤੇ ਖਲੋ ਕੇ ਨਾ ਛੱਤ 'ਤੇ ਇਹ ਸ਼ਰਬਤ ਪੀ ਜਾਣਾ, ਪੱਕਾ ਟੀਟ ਰਣਮਰੀਤ ਹੋ ਜਾਏਗਾ ਬੰਦਾ। ਇਹ 100 ਸਾਲਾਂ ਪੁਰਾਣਾ ਤਜਰਬਾ ਸ਼ਹਿਜ਼ਾਦੇ ਬੱਬਰ ਸ਼ੇਰ। ਆਸਿਮ ਲਾਹੌਰੀ ਕਹਿ ਰਿਹਾ ਆ ਜਾਓ ਲਾਹੌਰ ਇੱਕ ਵਾਰ ਫਿਰ। ਉਹ ਭੈਣ ਤੁਹਾਡਾ ਭਰਾ ਬੜਾ ਬਿਜ਼ੀ ਹੋ ਗਿਆ। ਅਸੀਮ ਕਹਿ ਰਿਹਾ ਸ਼ੇਰਾਂ ਵਾਲਾ ਬਾਗ ਕਾ ਪਤਾ ਹੈ? ਹਾਂਜੀ ਪਤਾ ਹੈ, ਲਓ ਸ਼ੇਰਾਂ ਵਾਲਾ ਬਾਗ, ਮੇਰੇ ਦਾਦਾ ਜੀ ਉੱਥੇ ਲੰਗੋਟਾ ਬਣ ਕੇ ਭਲਵਾਨੀ ਕਰਦੇ ਹਾਂ। ਅੱਛਾ, ਇਮਲਕ ਸਲਮਾਨ ਕਹਿ ਰਿਹਾ ਤੁਸੀਂ ਗੁੱਜਰ ਹੋ? ਨਹੀਂ ਨਹੀਂ ਭੈਣ, ਅੱਲਾ ਰਹਿਮ ਕਰੇ, 10 ਦਿਨ ਨਾ ਨਹਾਓ ਬੰਦਾ ਗੁੱਜਰ ਬਣ ਜਾਂਦਾ। ਅੱਛਾ ਭਾਈ, ਮੇਰਾ ਨਾਮ ਨਹੀਂ ਲਿਆ, ਉਮਰ ਉਮਰ ਭੈਣ, ਮੇਰੇ ਭਾਈ ਨੇ ਗੁੱਜਰ ਵੀ ਮੇਰੇ ਸ਼ਹਿਜ਼ਾਦੇ ਵੀਰ ਨੇ। ਕਾਸ਼ਨਾਥ ਤਮੇ ਖੁਸ਼ੀ ਹੋਈ ਤੁਮਾਰੀ ਬਹਾਦਰੀ ਦੇਖ ਕਰ, ਔਰ ਤੁਮੇ ਵੀ ਖੁਸ਼ੀ ਹੋ ਗਈ ਹੈ ਜਾਣ ਕਰ, ਆਜ ਕੇ ਬਾਅਦ ਤੁਮ ਮੇਰੇ ਹੀ ਚੈਨਲ ਪੇ ਸਬਸਕ੍ਰਾਈਬ ਕਰੋਗੇ। ਅਨੀਤਾ ਕਹਿ ਰਹੀ ਹੈ ਨੋ ਰਿਪਲਾਈ ਜੀ, ਕੋਈ ਰਿਪਲਾਈ ਨਹੀਂ, ਰਿਪਲਾਈਆਂ ਰਿਪਲਾਈਆਂ ਨੇ। ਮਨੀਰ ਅਨਵਰ ਕਹਿ ਰਿਹਾ ਮੇਰਾ ਨਾਮ ਵੀ ਲਓ। ਮਨੀਰ ਅਨਵਰ ਸਾਹਿਬ ਇੱਕ ਸਾਡੇ ਮੁਹੱਲੇ ਜੀ, ਬਾਬਾ ਮਨੀਰ ਜੀ ਹੈ ਭੈਣ, ਮਾਨਾ ਭੈਣ ਤੇ ਆਪਣੀ ਜਾਨ ਹੋਏ ਨਾ, ਹਾਜੀ ਅਨਵਰ ਸਾਹਿਬ ਉਹਨਾਂ ਦੇ ਭਾਈ ਕਦੀਰ ਸਾਹਿਬ, ਉਹ ਤੁਹਾਨੂੰ ਨਹੀਂ ਜਾਣਨਾ, ਤੁਸੀਂ ਤੇ ਮੁਹੰਮਦ ਅਲੀ ਦੀ ਪਛਾਣ ਕਰਾਈ ਹੈ ਸਰਕਾਰ। ਅੱਛਾ ਜੀ, ਸਰਾਇਕੀ ਸੌਂਗਸ ਕਹਿ ਰਿਹਾ ਕਸਮ ਸੇ ਆਪ ਛਾ ਗਏ, ਤੁਹਾਡੀਆਂ ਦੁਆਵਾਂ ਭਰਾਵਾਂ ਦੀ, ਮੈਂ ਕੁਛ ਵੀ ਨਹੀਂ। ਅੱਛਾ ਜੀ, ਸਾਲੇ ਸਹੀਦ ਕਹਿ ਰਿਹਾ ਇੱਕ ਅੱਛੇ ਰਣਮਰੀਤ ਮੈਂ ਕਿਹਾ ਕਿਆ ਖਾਸ ਬਾਤ ਹੋਣੀ ਚਾਹੀਏ? ਦੱਸਿਆ ਤਾਂ ਹੈ, ਲੱਤਾਂ ਘੁੱਟ ਕੇ ਸੌ, ਜਨਾਨੀ ਨਾਲ ਫਰਜ ਧੁਆਓ, ਭਾਂਡੇ ਧੁਆਓ, ਅਤੇ ਜੇ ਕੋਈ ਵਾਧਾ ਗੱਲ ਕਰੇਗਾ ਨਾ ਤੂੰ ਰਣਮਰੀਤ, ਤੂੰ ਕਹੀਂ ਨਹੀਂ, ਮੇਰੀ ਅੱਛੀ ਅੰਡਰਸਟੈਂਡਿੰਗ। ਸਰਦਾਰ ਅਲੀਮ ਕਹਿ ਰਿਹਾ ਬਾਈ ਗੁਜਰਾਂ ਵਾਲਾ ਸੀ ਕਿਸ ਜਗ੍ਹਾ ਸੇ ਆਪ? ਭੈਣ ਦੱਸਿਆ ਤਾਂ ਹੈ ਅਲ ਸ਼ਫੀ ਮਹਿਰਾਜ ਹਾਲ ਘੋੜਾ ਦਾ ਰੋਡ, ਹੁਣ ਮੈਂ ਤੁਹਾਨੂੰ ਬੈਨਰ ਲਿਖ ਕੇ ਦੇ ਰਿਹਾ। ਅੱਛਾ ਜੀ, ਇਹ ਕਹਿ ਰਿਹਾ ਮੇਰਾ ਨਾਮ ਵੀ ਲੈ ਲਓ, ਮੇਰੇ ਲੈ ਕਾਫੀ। ਅੱਛਾ ਜੀ, ਸੁਲੇਮਾਨ ਯੂਕੇ ਕਹਿ ਰਿਹਾ ਆਈ ਲਵ ਯੂ। ਓ ਬਿਸਮਿਲ੍ਲਾ, ਮਿਹਰਬਾਨੀ ਸਲਮਾਨ ਸਾਹਿਬ। ਮੁਨੀਰ ਅਨਵਰ ਕਹਿ ਰਿਹਾ ਕਹਾਂ ਪੇ ਔਨਲਾਈਨ ਹੋ? ਰਾਹ ਵਾਲੀ ਬਾਲ, ਇਕਬਾਲ ਟਾਊਨ, ਇਕਬਾਲ ਟਾਊਨ। ਨੀਤਾ ਕਹਿ ਰਹੀ ਹੈ ਆਪ ਫਨੀ ਹੋ। ਮਿਹਰਬਾਨੀ, ਸ਼ੁਕਰੀਆ। ਅੱਛਾ ਜੀ, ਮੁਨੀਰ ਭੈਣ ਕਹਿ ਰਹੇ ਬਤਾਓ ਕਹਾਂ ਸੇ ਔਨਲਾਈਨ ਹੋ ਯਾਰ, ਦੱਸਦੇ ਨਹੀਂ ਪਏ। ਭੈਣ ਬਤਾ ਤੇ ਰਿਹਾ ਵਾਂ ਤੁਹਾਨੂੰ ਕਿ ਇਕਬਾਲ ਟਾਊਨ ਰਾਹ ਵਾਲੀ।
ਅੱਛਾ ਜੀ, ਸਾਕੀ ਸਾਕਬ ਕਹਿ ਰਿਹਾ ਕਿ ਭਾਈ ਮੇਰਾ ਨਾਮ ਵੀ ਨਹੀਂ ਲੈ ਰਹੇ ਨਾਸਿਰ ਸਾਕਬ ਭਾਈ, ਜਿਨ੍ਹਾਂ ਜਿਨ੍ਹਾਂ ਦਾ ਨਹੀਂ ਨਾਮ ਲਏ ਨਾ, ਮੈਂ ਉਹਨਾਂ ਕੋਲ ਮਾਜ਼ਰਤ, ਮੈਨੂੰ ਐਡੀ ਇੰਗਲਿਸ਼ ਪੜ੍ਹਨੀ ਕੋਈ ਨਹੀਂ ਆਉਂਦੀ, ਸਾਰੇ ਮੇਰੇ ਵੀਰ ਨੇ ਜਿਹੜੇ ਮੈਨੂੰ ਵੇਖ ਰਹੇ ਨੇ। ਅੱਛਾ ਜੀ, ਆਖੀ ਬਲੋਚ ਕਹਿ ਰਿਹਾ ਅਰਸ਼ਦ ਬਲੋਚ ਕਾ ਨਾਮ ਲਓ ਭਾਈ। ਅਰਸ਼ਦ ਬਲੋਚ ਸਾਹਿਬ, ਅੱਛਾ ਜੀ, ਕੌਣ ਕਹਿ ਰਿਹਾ ਪੀ ਟੀ ਸੀ ਐਲ ਵਾਲੋਂ ਨੇ ਨੈੱਟ ਚਲਾਇਆ ਥਾ ਜਾਂ ਨਹੀਂ? ਚਲਾ ਰਿਹਾ ਥਾ, ਉਹਨਾਂ ਦੀ ਮਿਹਰਬਾਨੀ ਭਾਈ। ਨਿਧਾ ਮਿਰਜ਼ਾ ਕਹਿ ਰਹੀ ਹੈ ਮੈਂ ਆਪਕੋ ਬਾਰਸਲੋਨਾ ਸੇ ਸੁਣ ਰਹੀ ਹੂੰ। ਓਏ ਹੋ, ਬਾਰਸਲੋਨਾ ਏਡੀ ਦੂਰੋਂ, ਉੱਥੋਂ ਦੇ ਹਵਾ ਵੀ ਨਹੀਂ ਇੱਥੇ ਹੁੰਦੀ, ਮਿਹਰਬਾਨੀ ਤੁਸੀਂ ਮੈਨੂੰ ਸੁਣ ਰਹੇ। ਬਸ ਫਿਆਸ ਕਹਿ ਰਿਹਾ ਓਹੋ ਜੀ। ਅੱਛਾ ਜੀ, ਮਨੀਰ ਸਾਹਿਬ ਕਹਿ ਰਹੇ ਮੇਰਾ ਵੀ ਨਾਮ ਲਓ। ਕੌਣ ਕਹਿ ਰਿਹਾ? ਮਨੀਰ ਸਾਹਿਬ, ਇਹਨਾਂ ਦੇ ਭਾਈ ਮਾਨ ਭਾਈ ਮਨੀਰ ਸ਼ਹਿਜ਼ਾਦੇ ਮੇਰੇ ਵੀ ਭਾਈ ਮਨੀਰ ਤੇ ਕਿਆ ਪਾ ਦੇ, ਇੰਨਾ ਮੈਨੂੰ ਬੜੀਆਂ ਬੁਲੰਦੀਆਂ ਦਾ ਪਛਾਣਾ, ਲਾਜ਼ਰ ਜ਼ਿੰਦਗੀ ਦੇ ਤੰਦਰੁਸਤੀ ਦੇ। ਇਜ਼ਤ ਪਾਠ ਕਹਿ ਰਹੇ ਆ ਨੂਰ ਬਾਵਾ ਮੁੱਲਾ ਤੋਂ ਵੇਖ ਰਿਹਾ ਤੁਹਾਨੂੰ। ਉਹ ਨੂਰ ਬਾਵਾ, ਨੂਰ ਬਾਵੇ ਵਾਲੇ ਸ਼ਹਿਜ਼ਾਦੇ ਨੇ, ਉੱਥੇ ਮੇਰਾ ਇੱਕ ਭਰਾ ਹੁੰਦਾ ਆਜ਼ਮ। ਅੱਛਾ ਜੀ, ਨੀਤਾ ਕਹਿ ਰਹੀ ਹੈ ਆ ਜਾਓ ਨਾ ਫਿਰ ਆਪ ਹੀ ਬਾਰਸਲੋਨਾ। ਮੈਂ ਵੀਜ਼ਾ ਭੇਜੋ ਤੇ ਆਵਾਂਗਾ ਕਿ ਮੈਂ ਪਰ ਲੱਗੇ ਨੇ ਰਕਸ਼ੇ ਤੇ ਆ ਜਾਣਾ। ਅੱਛਾ ਜੀ, ਸ਼ਹਿਬਾਜ਼ ਰਾਣਾ ਕਹਿ ਰਿਹਾ ਸਲਾਮ ਰਣਵੀਰ ਸਾਹਿਬ। ਵਾਲੇਕਮ ਸਲਾਮ। ਹੈਲੋ ਜੀ, ਸ਼ਾਨ ਹੈ ਕਾਜ਼ਮੀ ਕਹਿ ਰਿਹਾ ਯਾਰ ਸ਼ਾਹਕੋਟ ਕਾ ਪਤਾ ਹੈ? ਸ਼ਾਹਕੋਟ ਦੇ ਤੇ ਸ਼ਾਹ ਰਹਿੰਦੇ ਨੇ, ਸ਼ੀਨਾ ਬਾਦ ਉਹਨਾਂ ਦੀ ਦੁਕਾਨ ਹੈ ਮੁਰਗੀਆਂ ਦੀ, ਉਹਨਾਂ ਨੂੰ ਮੇਰਾ ਪੁੱਛ ਲਿਆ ਜੀ। ਪੀ ਕੇ ਰਣਮਰੀਦ। ਅੱਛਾ, ਸਰਦਾਰ ਗੱਬਰ ਸਿੰਘ ਕਹਿ ਰਿਹਾ ਭਾਅ ਜੀ ਕਦੀ ਇੰਡੀਆ ਵੀ ਆਓ, ਆਈ ਐਮ ਯੋਰ ਬਿਗ ਫੈਨ। ਅੱਲਾ ਮਾਫ਼ ਕਰਿਆ, ਇੰਡੀਆ ਵਾਲਿਆਂ ਤੋਂ ਅੱਲਾ ਬਚਾਏ, ਇੰਡੀਆ ਮੇਰਾ ਦਾਦਾ ਗਿਆ, ਲਾਸ਼ਾਂ ਹੀ ਆਉਂਦੀਆਂ ਉੱਥੋਂ। ਨਿਧਾ ਕਹਿ ਰਹੀ ਹੈ ਚੱਲ ਕੇ ਆ ਜਾਓ ਨਾ। ਚੱਲ ਕੇ ਕਿੱਥੇ ਆ ਜੀ? ਬਾਰਸਲੋਨਾ ਮੈਨੂੰ ਲੱਗਦਾ ਉਹਨਾਂ ਬਾਰਸਲੋਨਾ ਕੋਠੇ ਵਾਲਾ, ਇੱਥੋਂ ਕੋਠੇ 'ਤੇ ਜਾਣਾ ਉਹ। ਅੱਛਾ ਜੀ, ਜੁਗਤਾਂ ਵੀ ਪੈ ਰਹੀਆਂ ਨੇ ਤੁਹਾਨੂੰ ਵਿੱਚ ਵਿੱਚ। ਅੱਛਾ ਯਾਰ, ਕਮਾਲ ਹੋ ਆਪ, ਜਨਾਨੀਆਂ ਨਹੀਂ ਲੱਭਦੀਆਂ, ਸ਼ਹਿਬਾਜ਼ ਰਾਣਾ ਕਹਿ ਰਿਹਾ। ਅੱਛਾ, ਵਾਕਈ ਨਹੀਂ ਲੱਭਦੀਆਂ? ਸਰਦਾਰ ਰਹੀਮ ਕਹਿ ਰਿਹਾ ਭਾਈ ਇਲੈਕਸ਼ਨ ਲੜੋ ਸਾਰਾ ਅੱਛਾ ਹਮ ਕਰਾਂਗੇ। ਅੱਲਾ ਖੈਰ ਕਰੇ, ਮੈਨੂੰ ਦੁਨੀਆਂ 'ਤੇ ਰਹਿਣ ਦੇਣਾ ਕਿ ਹੁਣੇ ਜੁੱਤੀਆਂ ਪਾਉਣੀਆਂ ਜੀ। ਅੱਛਾ ਜੀ, ਕੌਣ ਮੁਹੰਮਦ ਪੁੱਛ ਰਿਹਾ ਕਿੰਨੇ ਬੱਚੇ ਆ ਆਪਕੇ? 3 ਬੱਚੇ ਨੇ ਪਾਉਣੇ, ਆਪਣੇ ਨੇ ਮਸ਼ੀਨੀ ਨੇ। ਅੱਛਾ ਜੀ, ਅਰਸਲਾਨ ਜਾਨ ਕਹਿ ਰਿਹਾ ਅਸਲਾਮ ਅਲੈਕੁਮ ਦੋਸਤੋ, ਆਪ ਸਭ ਹੈਰੀਅਤ ਸੇ ਹੋ? ਜੀ ਜੀ, ਅੱਲਾ ਦਾ ਸ਼ੁਕਰ। ਸ਼ੇਅਰ ਕਰੋ ਭਾਵੇਂ ਨਾ, ਬੰਦੇ ਕੋਲ ਨਹੀਂ ਆ ਰਹੇ, ਮੈਂ ਇਕੱਲਾ ਹੀ ਬਹਿ ਰਹੇ। ਰਣਮਰੀ ਜਾ, ਤੁਹਾਡਾ ਮੂੰਹ ਇੰਜ ਜਿਵੇਂ ਜ਼ਿਪ ਵਾਲਾ ਸਮੋਸਾ ਹੁੰਦਾ। ਮਾਸ਼ਾਅੱਲਾ ਮਾਸ਼ਾਅੱਲਾ, ਮੇਰਾ ਵੀਰ ਇਹ ਮੇਰਾ ਵੀਰ ਉਹ ਜੇ ਜਿਹੜਾ ਬੱਚਿਆਂ ਨੂੰ 10-10 ਰੁਪਏ ਦੇ ਕੇ ਕਹਿੰਦਾ ਮੈਨੂੰ ਅਕਸ਼ੇ ਕੁਮਾਰ ਕਵੋ, ਪਰ ਬਾਲਾਂ ਨੇ ਨਾਲ ਜੀ ਪੈਸੇ ਸੁੱਟਦੇ ਨੇ, ਇਹਨੂੰ ਅਕਸ਼ੇ ਕੁਮਾਰ ਨਹੀਂ ਕਿਹਾ। ਸ਼ਹਿਜ਼ਾਦਾ ਵੀਰ ਮੇਰਾ ਮੂੰਹ ਤੇ ਲੋਟਾ ਪਾ ਕੇ ਕਹਿੰਦਾ ਬੱਚਿਆਂ ਨੂੰ ਹਾਥੀ ਕਵੋ, ਉਹਨਾਂ ਕੋਲ ਨਹੀਂ ਕਿਹਾ। ਅੱਛਾ ਜੀ, ਨੀਤਾ ਕਹਿ ਰਹੀ ਹੈ ਆਪਕੇ ਨਾਮ ਸੇ ਬਹੁਤ ਸੇ ਫੇਕ ਚੈਨਲਸ ਵੀ ਬਣ ਗਏ ਹੈ ਯੂਟਿਊਬ ਤੇ। ਕੋਈ ਗੱਲ ਨਹੀਂ, ਤੁਹਾਡਾ ਭਰਾ ਇਸੇ ਚੈਨਲ ਤੋਂ ਆਨਲਾਈਨ ਆਏਗਾ ਜੀ, ਮੇਰਾ ਚੈਨਲ ਆਨਲਾਈਨ, ਇੱਥੋਂ ਹੀ ਆਵਾਂਗਾ। ਪੀ ਕੇ ਰਣਮਰੀਦ, ਭਾਵੇਂ ਜਿੰਨੇ ਮਰਜ਼ੀ ਚੱਲ ਜਾਣ, ਪਰ ਪੀ ਕੇ ਰਣਮਰੀਦ ਦੀ ਜੋੜ ਅੱਲਾ ਦੇ ਹੁਕਮ ਨਾਲ ਸਾਰੀ ਜ਼ਿੰਦਗੀ। ਸਾਕੀ ਸਾਕਬ ਕਹਿ ਰਿਹਾ ਭਾਈ ਦੁਬਈ ਆ ਜਾਓ, ਮੈਂ ਆਪਕੋ ਬੁਲਾਤਾ ਹੂੰ। ਮਿਹਰਬਾਨੀ ਮਿਹਰਬਾਨੀ, ਮੈਂ ਇਹ ਨਾ ਹੋਵੇ ਰਕਸ਼ਾ ਵੀ ਛੱਡ ਦਿਆਂ, ਤੂੰ ਮੈਨੂੰ ਬੁਲਾ ਕੇ ਯਾਰ 15 ਦਿਨਾਂ ਬਦੋਂ ਘਰ ਘਰ ਦੇ। ਅੱਛਾ ਜੀ, ਹਾਂ ਨਾ ਮੈਂ ਗਾਉਂਡ ਅੱਗੇ 15,000 ਲਾ ਕੇ ਕਰਾਇਆ, ਮੈਨੂੰ ਉਹ ਨਹੀਂ ਭੁੱਲਣ ਡਿਆ, ਮੈਨੂੰ ਸਾਰੀ ਦੁਨੀਆ ਕਹਿੰਦੀ ਪੈਸੇ ਭੇਜਣਾ, ਮੈਨੂੰ ਲੱਗਦਾ ਮੇਰਾ ਉਹ ਵੀ ਜਾਂਦਿਆਂ ਰਹਿਣਾ, ਉਹ ਵੀ ਉਹਨਾਂ ਸਿਖਾ ਦੀ ਘੱਟ ਲੱਗਦੀ। ਨਈਮ ਬਾਟ ਸਾਹਿਬ ਦਾ ਰਿਸ਼ਤੇਦਾਰ ਕਹਿ ਰਿਹਾ ਯਾਰ ਜਵਾਬ ਦਿਓ ਫਿਰ ਆ ਪਾਓਗੇ ਨਈਮ ਬਾਟ ਸਾਹਿਬ ਯਾਰ? ਅੱਲਾ ਦੇ ਕਾਨੂੰਨ ਆ, ਨਈਮ ਬਾਟ ਸਾਹਿਬ ਜਿਹੜੇ ਨੇ ਨਾ ਉਹ ਸਾਡੇ ਜਿਗਰ ਜਾਨ ਨੇ, ਸਾਡੀ ਉਹਨਾਂ ਬੜੀ। ਜਲੂਸ ਕੱਢੋ ਵੇਖੋ ਦਿੰਦੇ ਨੇ ਕਿ ਨਹੀਂ। ਅੱਛਾ ਰਾਣਾ ਵੈਸ ਕਹਿ ਰਹੇ ਯਾਰ ਮੇਰਾ ਵੀ ਪੀ ਟੀ ਸੀ ਐਲ ਬੰਦ ਹੈ, ਹੁਣ ਉਹਨਾਂ ਮੈਨੂੰ ਬੜਾ ਜੂਤ ਮਾਰਨਾ, ਤੁਹਾਡੀ ਮਿਹਰਬਾਨੀ ਬਸ ਕਰੋ। ਮਲਿਕ ਅਸਲਾਨ ਕਹਿ ਰਹੇ ਯਾਰ ਜਵਾਬ ਦੋ ਬਰਿਆਨੀ ਵਾਲੀ ਵੀਡੀਓ ਕਹਾਂ ਹੈ? ਭਾਵੇਂ 2 ਦਿਨ ਬਾਅਦ ਆਏਗੀ, ਪੀ ਟੀ ਸੀ ਐਲ ਵਾਲੀ ਪਹਿਲਾਂ ਵੇਖੋ ਨਾ, ਉਹ ਮੈਂ ਅੱਜ ਬਣਾ ਦਿੱਤੀ ਹੈ, ਇਨਸ਼ਾਅੱਲਾ ਬੜੀ ਮਜ਼ੇਦਾਰ ਵੀਡੀਓ, ਤੁਹਾਡੇ ਹੋਸ਼ ਭੁੱਲ ਜਾਣਗੇ ਵੇਖ ਕੇ।
ਉਹਦੇ ਬੋਲ ਬੋਲੋ ਨਾ ਬਰਿਆਨੀ ਵਾਲੇ ਦੇ। ਤਿੰਨ ਦਿਨ ਬਾਅਦ ਰਕਸ਼ਾ ਚਲਾ ਕੇ 700 ਰੁਪਈਆ ਲਿਆ ਕੇ ਆਪਣੇ ਮਾਂ ਜੀ ਨੂੰ ਦਿੱਤਾ। ਉਹਨਾਂ ਨੂੰ ਮੈਂ ਕਿਹਾ ਬਰਿਆਨੀ ਪਕਾਓ। 400 ਰੁਪਏ ਕਿਲੋ ਗੋਸ਼ਤ ਲਿਆਂਦਾ ਛੋਟੇ ਭਰਾ ਨੇ, ਸਾਰੀਆਂ ਹੀ ਬੋਟੀਆਂ ਖਾ ਜਿਹੜੀਆਂ। ਬਸ ਅੱਜ ਉਹਨੂੰ ਛੁਰੀਆਂ ਹੀ ਮਾਰਨੀਆਂ ਨੇ, ਮੈਂ ਮੈਨੂੰ ਬੜਾ ਜ਼ਲੀਲ ਕੀਤਾ। ਹੈਲੋ ਜੀ, ਮੁਬਸ਼ਰ ਅਹਿਮਦ ਕਹਿ ਰਹੇ ਆ, ਆਪ ਵੈਸ ਪਲਾਜ਼ਾ ਗਏ ਥੇ ਮੋਬਾਈਲ ਲੈਣੇ ਸ਼ਹਿਰਯਾਰ ਮੋਬਾਈਲ ਤੇ? ਸ਼ਹਿਰਯਾਰ ਮੈਨੂੰ ਯਾਦ ਕਰਾਤਾ ਯਾਰ, ਇਹ ਵੀ ਮੇਰੇ ਬੜੇ ਹੀ ਅੱਛੇ ਭਾਈ ਨੇ ਸ਼ਹਿਰਯਾਰ ਮੋਬਾਈਲ ਵਾਲੇ। ਇਹਨਾਂ ਮੇਰੀ ਬੜੀ ਇੱਜ਼ਤ ਕੀਤੀ, ਇਹਨਾਂ ਬੜੇ ਰਿਆਤ ਮੋਬਾਈਲ ਦਿੱਤੇ ਨੇ। ਇਹਨਾਂ ਦੀ ਦੁਕਾਨ ਹੈ ਦਸਤਗੀਰ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ, ਅਵੈਸ ਪਲਾਜ਼ਾ, ਅਵੈਸ ਪਲਾਜ਼ੇ ਦੇ ਹਾਂਜੀ ਕਾਰਨਰ ਤੇ ਮੇਨ ਤੇ ਦੁਕਾਨ ਇਹਨਾਂ ਦੀ। ਕਾਮੀ ਰਾਜਪੂਤ ਕਹਿ ਰਿਹਾ ਜਨਾਬ ਕਦੀ ਗੁਜਰਾ ਵਾਲਾ ਵੀ ਆਏ? ਭੈਣ ਗੁਜਰਾ ਵਾਲਾ ਹੀ ਰਹਿੰਦਾ, ਔਰ ਮੈਂ ਕੀ ਪਤਾ ਹੋ ਗਈ ਦਾਵਾਂ। ਅੱਲਾ ਜੀ, ਸ਼ਰਾਜ਼ ਕਹਿ ਰਿਹਾ ਅੱਲਾ ਆਪਕੋ ਹਮੇਸ਼ਾ ਖੁਸ਼ ਰੱਖੇ। ਆਮੀਨ ਆਮੀਨ, ਦੁਆਵਾਂ ਕਰ ਛੱਡੇ ਜੀ। ਦੱਸੋ ਮੈਨੂੰ ਜ਼ਰਾ, ਲਿਖ ਕੇ ਘੱਲੋ, ਤੁਹਾਡਾ ਭਰਾ ਹੈ ਨਾ ਹੋਵੇ, ਸਾਰੀ ਦੁਨੀਆਂ ਦਾ ਥੱਲੇ ਨਕਸ਼ਾ ਪਾ ਕੇ ਸਾਰੀ ਰਾਤ ਘੁੰਮ ਘੁੰਮ ਕੇ, ਅਤੇ ਦੁਬਈ ਆ ਗਿਆ, ਸਾਊਦੀ ਆ ਗਿਆ, ਕੁਵੈਤ ਆ ਗਿਆ, ਅਤੇ ਘੁੰਮ ਘੁੰਮ ਕੇ ਡਿੱਗ ਪਾ ਘਰ ਆ ਗਏ। ਫੋਨ ਮੁਹੰਮਦ ਕਹਿ ਰਿਹਾ ਯਾਰ ਮੈਂ ਪੱਤੋ ਕੀ ਕਹਾਂ, ਪੱਤੋ ਕੀ ਭੈਣ, ਬੜੀ ਧੁੱਪ ਪੈਂਦੀ। ਬਾਈ ਆਪਕਾ ਪਾਸਪੋਰਟ ਬਣਾ ਹੈ ਕਿ ਨਹੀਂ? ਨਹੀਂ ਭੈਣ, ਸ਼ਨਾਖਤੀ ਕਾਰਡ ਬਣਿਆ ਅਤੇ ਡਰਾਈਵਿੰਗ ਲਾਇਸੈਂਸ ਬਣਿਆ। ਅੱਛਾ ਜੀ, ਉਹ ਕਹਿ ਰਹੇ ਮਾਂ ਪਿਓ ਵਾਲਾ ਰਿਪੀਟ ਕਰ ਦਿਓ ਇੱਕ ਵਾਰ। ਅੱਗੇ ਬੜੀਆਂ ਜੁੱਤੀਆਂ ਦਾ ਗਾਲਾਂ ਪਈਆਂ ਜੀ, ਹੁਣ ਤੁਸੀਂ ਭਰਾ ਨੂੰ ਫਿਰ ਨਵੇਂ ਸਿਰੋਂ ਮਾਂ ਗਾਲਾਂ ਪਵਾਉਣਾ ਚਾਹੁੰਦੇ? ਅੱਛਾ ਜੀ, ਵਿਕਾਸ ਕਹਿ ਰਿਹਾ ਲਵ ਯੂ ਫਰੋਮ ਸਪੇਨ। ਮਿਹਰਬਾਨੀ ਮਿਹਰਬਾਨੀ। ਮਾਰੀਆ ਰਾਣਾ ਕਹਿ ਰਹੀ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਅੱਛਾ ਜੀ, ਇੱਕ ਦਫ਼ਾ ਐਕਟਿੰਗ ਕਰਕੇ ਦਿਖਾਓ ਰਣਮਰੀਤ ਕੀ। ਮੈਂ ਨਹੀਂ ਰੋਂਦਾ, ਮੇਰਾ ਅੰਦਰੋਂ ਦਿਲ ਰੋਂਦਾ। ਛੋਟੇ ਭਰਾ ਨੇ ਜਦੋਂ ਮਾਰਿਆ, 3 ਦਿਨ ਮੈਂ ਰੋਟੀ ਨਹੀਂ ਖਾ। ਅੱਛਾ ਜੀ, ਸ਼ਹਿਬਾਜ਼ ਰਾਣਾ ਕਹਿ ਰਿਹਾ ਫੇਸਬੁੱਕ 'ਤੇ ਲਾਈਵ ਹੋਇਆ ਕਰੇ। ਉਹ ਭੈਣ ਫੇਸਬੁੱਕ 'ਤੇ ਵੀ ਲਾਈਵ ਹੋਇਆ, ਅਤੇ ਇਹ ਤਾਂ ਵੇਖੋ ਨਾ ਸਰ, ਫੇਸਬੁੱਕ 'ਤੇ ਕਰ ਲਵਾਂ। ਕੱਲ੍ਹ ਇਨਸ਼ਾਅੱਲਾ ਫੇਸਬੁੱਕ 'ਤੇ ਤੁਹਾਡਾ ਭਰਾ ਚੱਲੇਗਾ, ਅੱਜ ਤੁਹਾਡਾ ਭਰਾ ਯੂਟਿਊਬ 'ਤੇ ਚੱਲ। ਨਿਧਾ ਮਿਰਜ਼ਾ ਕਹਿ ਰਹੀ ਹੈ ਆਪ ਰੋਤੇ ਬਹੁਤ ਅੱਛਾ ਹੈ। ਮਿਹਰਬਾਨੀ ਮਿਹਰਬਾਨੀ। ਮੈਂ ਨਹੀਂ ਰੋਂਦਾ, ਮੇਰਾ ਅੰਦਰੋਂ ਦਿਲ, ਮੈਂ ਨਹੀਂ ਰੋਂਦਾ, ਮੇਰਾ ਅੰਦਰੋਂ ਦਿਲ ਰੋਂਦਾ। ਅੱਛਾ, ਲੀਓ ਗੁਜਰਾਤ ਕਹਿ ਰਿਹਾ ਕੀ ਹਾਲ ਹੈ ਰਣਮਰੀਤ, ਮੇਰਾ ਨਾਮ ਲਓ। ਕੀ ਨਾਂ ਹੈ? ਕੋਈ ਨਾ, ਲੀਓ ਗੁਜਰਾਤ। ਲੀਓ ਗੁਜਰਾਤ, ਇਹ ਕਿਹੜਾ ਨਾਂ ਹੈ ਜੀ? ਅੱਛਾ ਜੀ, ਉਹ ਨਾਮ ਕਹਿ ਰਿਹਾ ਕਭੀ ਆਓ ਨਾ ਪੱਤੋ ਕੀ ਖੁਸ਼ਬੂ ਲਗਾ ਕੇ। ਕਿਹੜੀ ਖੁਸ਼ਬੂ ਲਾਵਾਂ? ਅੱਛਾ ਜੀ, ਇਹ ਨਿਧਾ ਮਿਰਜ਼ਾ ਪੁੱਛ ਰਹੀ ਆਪਕਾ ਫੇਸਬੁੱਕ ਪੇ ਕੌਨ ਸਾ ਪੇਜ ਹੈ? ਪੀ ਕੇ ਰਣਮਰੀਤ ਫੇਸਬੁੱਕ ਪੇ ਪੇਜ, ਯੂਟਿਊਬ ਪੇ ਚੈਨਲ, ਸਬਸਕ੍ਰਾਈਬ ਕਰੋ। ਸਾਕੀ ਕਹਿ ਰਿਹਾ ਮੇਰੇ ਤੇ ਯਕੀਨ ਰੱਖ ਬਣਵਾ ਪਾਸਪੋਰਟ। ਚਲੋ ਠੀਕ ਹੈ ਭਾਣ, ਤੁਹਾਡੇ ਤੇ ਯਕੀਨ। ਸਾਰੀ ਪਾਸਪੋਰਟ ਬਣਵਾ ਲਾ ਤੁਸੀਂ, ਬਾਅਦ ਚ ਕਹੋ ਪਾਸਪੋਰਟ ਕਿਉਂ ਬਣਵਾਏ ਬਗੈਰ ਤਾਂ। ਮੈਂ ਦੁਬਈ ਆ ਕੇ ਕਿਹੜਾ ਨਿਧਾ ਮਿਰਜ਼ਾ ਕਹਿ ਰਹੀ ਹੈ ਓਕੇ ਮੈਂ ਲਾਈਕ ਕੀਤੀ ਉਹਨੂੰ ਕਹੋ ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰੇ ਪੇਜ ਮੇਰਾ। ਹਾਂ, ਲਾਈਕ ਵੀ ਕਰੋ ਅਤੇ ਸ਼ੇਅਰ ਵੀ ਕਰੋ, ਮਿਹਰਬਾਨੀ ਤੁਹਾਡੀ। ਅੱਛਾ ਜੀ, ਮਿਰਜ਼ਾ ਸਲਮਾਨ ਕਹਿ ਰਿਹਾ ਰਣਬਰੀਤ ਰਮਜ਼ਾਨ ਕੈਸਾ ਜਾ ਰਿਹਾ ਹੈ? ਅੱਲਾ ਦਾ ਸ਼ੁਕਰ, ਤੁਹਾਡੀਆਂ ਦੁਆਵਾਂ ਭਰਾਵਾਂ। ਅੱਛਾ ਜੀ, ਯਾਰ ਜ਼ਿਆਦਾ ਨਾ ਰੋਇਆ ਕਰ, ਅਦਨਾਨ ਜੀ ਕਹਿ ਰਹੇ ਨੇ। ਇਹਨਾਂ ਦੁਨੀਆ ਰਵਾਂਦੀ, ਮੇਰਾ ਤਾਂ ਨਹੀਂ ਦਿਲ ਕਰਦਾ। ਸੁਫੀਆਨ ਅਹਿਮਦ ਕਹਿ ਰਿਹਾ, ਸੁਫੀਆਨ ਅਹਿਮਦ ਕਹਿ ਰਿਹਾ ਮੇਰਾ ਨਾਮ ਲਓ ਸੁਫੀਆਨ। ਸੁਫੀਆਨ ਅਹਿਮਦ ਕੀ ਆ ਸ਼ਰਾਤਾ। ਅੱਛਾ, ਇਹ ਵਾਂ ਪੁੱਛ ਰਹੀ ਹੈ ਕੱਲ੍ਹ ਕਿਸ ਟਾਈਮ ਆਓਗੇ? ਕੱਲ੍ਹ ਭਾਣ ਕਿਹੜਾ ਟਾਈਮ ਰੱਖਣਾ? 8 ਵਜੇ ਨਾ ਭਾਣ ਆ ਗਿਆ ਮੈਂ, 8:30 ਅਜ਼ੀਮ ਕਹਿ ਰਿਹਾ ਰੋਜ਼ਾ ਵੀ ਰੱਖਦਾ ਹੈ ਕਿ ਨਹੀਂ? ਭਾਣ ਕੀ ਹੋ ਗਿਆ, ਮੈਂ ਤੁਹਾਡੇ ਯਾਰ ਹਾਂ। ਅਵੈਸ ਬਰੈਚ ਵੇਖ ਰਿਹਾ ਤੁਹਾਨੂੰ ਅਮਰੀਕਾ ਤੋਂ? ਉਹ ਬਿਸਮਿਲ੍ਲਾ, ਅਮਰੀਕਾ ਦੇ ਮੇਰੇ ਯਾਰ ਸ਼ਹਿਜ਼ਾਦੇ ਵੀਰ। ਸਰਦਾਰ ਅਲੀਮ ਕਹਿ ਰਿਹਾ ਕਦੀ ਗੱਖੜ ਮੰਡੀ ਵੀ ਆਏ ਆਪ ਕੇ? ਨਹੀਂ, ਗੱਖੜ ਮੰਡੀ ਕਿੰਨੀ ਹਰੀ ਹੈ, ਉੱਥੇ ਦਰੀਆਂ ਹੀ ਬੜੀਆਂ ਮਹਿੰਗੀਆਂ ਨੇ। ਵਿਕਾਸ ਰਾਜਤ ਕਹਿ ਰਿਹਾ ਭਾਅ ਜੀ ਕਦੋਂ ਸਪੇਨ ਆ ਰਹੇ ਹੋ? ਸਪੇਨ ਮੈਂ ਭਾਵੇਂ ਰਕਸ਼ੇ ਦੇ ਆਉਂਗਾ, ਸੱਦੇਗਾ ਤੇ ਆਵਾਂ। ਅੱਛਾ ਜੀ, ਸ਼ਹਿਬਾਜ਼ ਰਾਣਾ ਕਹਿ ਰਿਹਾ ਰਣਬਰੀਤ ਸਾਹਿਬ ਵੇਖਿਆ ਜੇ ਨੈੱਟ ਫਿਰ ਬੰਦ ਨਾ ਹੋ ਜਾਵਾਂ, ਹੁਣ ਉਹਨਾਂ ਨੇ ਆਨ ਨਹੀਂ ਕਰਨਾ ਹੈ। ਨਹੀਂ ਨਹੀਂ, ਉਹ ਨਾ ਬੜੇ ਅੱਛੇ ਨੇ PTCL ਵਾਲੇ, ਉਹ 10,860 ਰੁਪਈਏ ਬਿੱਲ 2 ਮਹੀਨੇ ਦਾ, ਉਹਨਾਂ ਦੀ ਜ਼ਿਆਦਤੀ ਨਹੀਂ ਲੋਕ ਕਹਿੰਦੇ, ਮੈਨੂੰ ਗਾਲਾਂ ਕੱਢਦੇ ਨੇ। ਮੈਂ ਜ਼ਿਆਦਤੀ ਨਹੀਂ ਕੀਤੀ, ਉਹਨਾਂ ਉਮਰ ਭਾਈ ਦਾ ਬੜਾ ਮੈਂ ਤਾਬਿਆਦਾਰ ਹਾਂ, ਸ਼ੁਕਰਗੁਜ਼ਾਰ ਹਾਂ। ਰਾਣਾ ਜੀ ਕਹਿ ਰਹੇ ਨੇ ਮੇਰਾ ਨਾਮ ਲਓ। ਰਾਣਾ ਜੀ
की नाम है राणा जी यो। अच्छा जी साकी कह रहे हैं हम यहाँ दुबई में प्रोग्राम करते हैं। ओह माशाल्लाह क्या बात चंगी गल है ना भाई। शाकर साबर कह रहे हैं तरावियां भी पढ़िया कर। सारी गल सही है नहीं मुंडे अपने नु कल है मैं। ए निदा पूछ रही है कल किस टाइम पाकिस्तान दे टाइम दे नाल ऑनलाइन आंदे हो फेसबुक पे? 8:30 पूरे फेसबुक दे आऊंगा कल फेसबुक दे इंशाल्लाह। अदनान जी कह रहे हैं मेरा दिल खुश हो गया है यार 3 दिन हो गए ने मैं रोटी खाई जा रहा हूं। ओ शहजादा अल्लाह पाक तुहानू जिंदगियां तंदुरुस्तियां। नदीम जी पूछ रहे ने मेनू वेख रहे ने नदीम जी पूछ रहे ने कल किस टाइम ऑनलाइन होगा? 8:30 पाकिस्तानी टाइम। फेसबुक ते के इथे फेसबुक ते कल फेसबुक ते। अच्छा जी ऐ मोहम्मद जबार कह रहे सरकार अहमदाबाद तो तुहानू वेख रहे हैं। ओ केड़ी जगह रे? कराची बंदे दा पुत्र बन कभी गुजरात आए हो? गुजरात 2 वारी गया है दोवें वारी नवीं जुतियाँ चुका गया। अच्छा जी मिर्जा सलमान कह रहा है मैं फैसलाबाद देख रहा हूँ। वेखी जाओ असं तुम्हें की कहना अभी तुम कुछ कह सकते साढ़ा तो अंदर दिल ही रोता। साकी कह रहे हैं आप अपना नंबर दे मैं आपको कॉल करता हूँ दुबई से। हाँ ठीक 15,000 रुपया वो तो लाता अकाउंट के रक्षे तो तिने टायर वेच के रक्षा इटा के खिलार छे मैं लगता वह भी लोगों कढ़ा के लै जाना। निदा कह रही है कल मैं अपनी सारी फ्रेंड्स को लेके आऊँगी फेसबुक पे। मेहरबानी जी मेहरबानी हाजिर हाजिर। मिर्जा सलमान कह रहे हैं कभी फैसलाबाद आए और अनमरीत जी? हाँ जी आए हैं पाए लैलपुर घंटा घर सारी वहाँ मैं ही पूछ रही है फैसलाबाद आए भाई हमारा नाम चक दे। सलाम भाई जी क्या हाल है मैं आपको बार्सिलोना से देख रहा हूँ सैयद हुसैन। माशाल्लाह जी ਇੱਦਾਂ ਦੇ ਨੌਕਰ ਆ। ਸ਼ਹਿਬਾਜ਼ ਰਾਣਾ ਕਹਿ ਰਿਹਾ ਸਾਡਾ ਦਿਲ ਕਿਉਂ ਨਹੀਂ ਰੋਂਦਾ? ਤੁਸੀਂ ਨਾਨਾ ਰਹੋ ਤੁਹਾਡੇ ਭਰਾ ਦਾ ਜੋ ਦਿਲ ਰੋਂਦਾ। ਅਬਦੁਲ ਖਾਨ ਕਹਿ ਰਿਹਾ ਕੋਈ ਗਾਣਾ ਹੀ ਸੁਣਾ ਦੇ। ਗਾਣਾ ਸੁਣਾਵਾਂ? ਆਹੋ ਚਾਂਦੀ ਕੀ ਦੀਵਾਰ ਨਾ ਤੋੜੀ ਪਿਆਰ ਭਰਾ ਹੁੰਦਾ ਹੀ ਨਹੀਂ ਪਿਆ ਦਿਲ ਰੋਣ ਲੱਗ ਪਏ। ਹੱਥ 'ਚ ਕਿਤਾਬਾਂ ਪੈਰੀ ਤਿੱਲੇ ਵਾਲੀ ਜੁੱਤੀ ਹੈ ਕਿੱਥੇ ਡੋਰ ਚੱਲੇ ਅੱਜ ਸਕੂਲੋਂ ਛੁੱਟੀ। ਸ਼ਾਕਰ ਸਾਬਰ ਕਹਿ ਰਿਹਾ ਹੈਲੋ ਮੈਂ ਵੀ ਗੁਜਰਾਤ 'ਚ ਹਾਂ ਗੁਜਰਾਤ ਕੀ ਬੇਇੱਜ਼ਤੀ ਨਾ ਕਰੋ। ਨਹੀਂ ਨਹੀਂ ਭੈਣ ਬੇਇੱਜ਼ਤੀ ਨਹੀਂ ਕੀਤੀ ਹੈ ਯਕੀਨ ਕਰੋ ਮੈਂ ਸ਼ਾਹ ਦੌਲਾ ਪੀਰ 2 ਵਾਰੀ ਸਲਾਮ ਕਰਨਾ ਹੈ ਦੋਵੇਂ ਵਾਰੀ ਜੁੱਤੀਆਂ ਚੁਕਾ ਕੇ ਆ। ਸਾਕੀ ਕਹਿ ਰਿਹਾ ਭਾਈ ਆਪਕੋ 3 ਮੰਥ ਕਾ ਵਿਜ਼ਿਟ ਦੂੰਗਾ ਉਹਨੂੰ ਕੋਈ ਯਾਰ ਮੇਰੇ ਫੇਸਬੁੱਕ 'ਤੇ ਰਾਬਤਾ ਭੈਣ ਫੇਸਬੁੱਕ 'ਤੇ ਰਾਬਤਾ ਕਰੋ ਕੋਈ ਗੱਲ ਨਹੀਂ ਤੁਹਾਡਾ ਭਰਾ ਤੁਹਾਡੇ ਕੋਲ ਆਈਏ। ਕਹਿੰਦਾ ਜੁਗਤਾਂ ਪਈਆਂ ਨਹੀਂ ਕਦੇ ਫੈਸਲਾਬਾਦੀਆਂ ਕੋਲੋਂ? ਸੁਭਾਨ ਅੱਲਾ ਫੈਸਲਾਬਾਦੀ ਐਡੇ ਅੱਛੇ ਮੇਰੇ ਯਾਰ ਨੇ ਕਿ ਮੇਰਾ ਯਾਰ ਸੀ ਫੈਸਲਾਬਾਦ ਉਹਨੇ ਟੈਲੀਨਾਰ ਦੇ ਟਾਵਰ ਦੇ ਉੱਤੇ ਆਲੂ ਚਣੇ ਲਾ ਲਏ ਉਹ ਮੈਂ ਕਿਹਾ ਥੱਲੇ ਲਾਉਂਦਾ ਨਹੀਂ ਥੱਲੇ ਬੱਚੇ ਹੱਥ ਮਾਰ। ਮੁਹੰਮਦ ਕਹਿ ਰਿਹਾ ਕੋਈ ਨਵਾਂ ਕਲਿੱਪ ਵੀ ਲੈ ਕੇ ਆਓ। ਨਵਾਂ ਕਲਿੱਪ 2 ਆਏ ਨਹੀਂ ਇੱਕ ਪੀਡੀਸੀਐਲ ਪ੍ਰੈਂਕ ਅਤੇ ਇੱਕ ਛੋਟੇ ਭਰਾ ਨੇ ਸਾਰੀਆਂ ਹੀ ਬੋਟੀਆਂ ਖਾ ਉਹਨੇ ਕਿਉਂ ਖਾਧੀਆਂ ਦੋਵੇਂ ਹੀ ਆ ਗਏ ਨੇ ਇੱਕ ਆ ਗਿਆ ਇੱਕ ਆ ਰਿਹਾ ਪੀ ਕੇ ਰਨਮਰੀ ਯੂਟਿਊਬ ਦੇ ਚੈਨਲ ਤੇ ਕੱਢ ਕੇ ਵੇਖੋ ਹਾਓ ਇਹ ਚੈਨਲ ਸਬਸਕ੍ਰਾਈਬ ਕਰੋ। ਅੱਛਾ ਜੀ ਵਾਮ ਪੁੱਛ ਰਹੀ ਕੌਣ ਸੀ ਵੀਡੀਓ ਕੱਲ੍ਹ ਆਏਗੀ? ਕੱਲ੍ਹ ਕਿ ਪਰਸੋਂ? ਕੱਲ੍ਹ ਭੈਣ ਆਏਗੀ 3 ਦਿਨ ਬਾਅਦ ਰਕਸ਼ਾ ਚਲਾ ਕੇ 700 ਰੁਪਈਆ ਮਾਂ ਜੀ ਨੂੰ ਦਿੱਤਾ 400 ਰੁਪਏ ਕਿਲੋ ਗੋਸ਼ਤ ਲਿਆ ਕੇ ਉਹਨਾਂ ਬਿਰਿਆਨੀ ਪਕਾਈ ਛੋਟੇ ਭਰਾ ਨੇ ਸਾਰੀਆਂ ਹੀ ਬੋਟੀਆਂ ਕਾਜ ਸਾਰੀ ਰਾਤ ਨਹੀਂ ਸੁੱਤਾ ਰੋਦਾ ਵੀ ਨਹੀਂ ਰੱਖਿਆ ਘਰ। ਅੱਛਾ ਜੀ ਨਿਦਾ ਮਿਰਜ਼ਾ ਕਹਿ ਰਹੀ ਹੈ ਕਦੀ ਕਰਾਚੀ ਵੀ ਆਓ ਨਾ ਮਿਰਚੀ ਖਾ ਕੇ। ਅੱਲਾ ਖੈਰ ਕਰੇ ਕਰਾਚੀ ਅੱਗੇ ਦਿੰਦਾ ਟ੍ਰੇਨ ਦੇ ਆਉਂਦਾ ਜੀ ਉਹਦੇ। ਅੱਛਾ ਜੀ ਮਿਰਜ਼ਾ ਸਲਮਾਨ ਕਹਿ ਰਹੇ ਯਾਰ ਹੁਣ ਜਾਇਜ਼ ਵਾਲਿਆਂ ਨਾਲ ਸ਼ੁਗਰ ਲਾ ਕੇ ਵਿਖਾ। ਉਹ ਨਹੀਂ ਭਾਏ ਨਾ ਤੁਹਾਡੀ ਮਿਹਰਬਾਨੀ ਤੁਹਾਡਾ ਭਰਾ ਹੁਣ ਤੁਹਾਨੂੰ ਫਨੀ ਕਲਿੱਪ ਦੇ ਰਿਹਾ ਨਾ ਜਾਇਜ਼। ਜ਼ਮੀਰ ਖਾਨ ਕਹਿ ਰਿਹਾ ਕਿਆ ਹਾਲ ਹੈ? ਅੱਲਾ ਦਾ ਸ਼ੁਕਰ ਹੈ। ਸਾਕੀ ਸਾਕਬ ਕਹਿ ਰਿਹਾ ਭਾਈ ਮੈਨੂੰ ਸਹੀ ਬਤਾਓ ਆਪ ਆਓਗੇ ਦੁਬਈ? ਯਾਰ ਫੇਸਬੁੱਕ ਦੇ ਪੇਜ 'ਤੇ ਮੈਨੂੰ ਐਡਰੈਸ ਘਾਲਣਾ ਮੈਂ ਦੁਬਈ ਕਿ ਮੈਂ ਥਾਈਲੈਂਡ ਵੀ ਆ ਜਾਣਾ ਜੀ।
ਅੱਛਾ ਜੀ, ਦਿਲ ਨਵਾਜ਼ ਕਹਿ ਰਿਹਾ ਥੋੜ੍ਹਾ ਰੋ ਕੇ ਦਿਖਾਓ। ਮੈਂ ਨਹੀਂ ਰੋਂਦਾ, ਅੰਦਰੋਂ ਦਿਲ ਰੋਂਦਾ। ਅੱਛਾ ਜੀ, ਉਸ ਤੋਂ ਬਾਅਦ ਓਨ ਮੁਹੰਮਦ ਕਹਿ ਰਿਹਾ ਕਿਤਨੇ ਸਾਲ ਕੇ ਹੋ? ਰਾਤਾਂ ਕੱਢ ਕੇ ਦੱਸਾਂਗੇ ਪਾ ਕੇ, ਰਾਤਾਂ ਕੱਢ ਕੇ ਤਾਂ ਮੈਂ ਹੈ ਵਾਂ 22 ਸਾਲਾਂ ਦੇ, ਰਾਤਾਂ ਪਾ ਲਾਂ ਤਾਂ ਫਿਰ ਮੈਂ 40 ਸਾਲਾਂ ਦਾ ਬਣ ਜਾਂਦਾ। ਲੀਓ ਗੁਜਰਾਤ ਕਹਿ ਰਹੇ ਸਿਆਲਕੋਟ ਆਏ ਹੋ ਕਦੀ? ਕਿੰਨੀ ਵਾਰੀ ਆਇਆ ਸਿਆਲਕੋਟ। ਜ਼ਿਸ਼ਾਨ ਲਾਹੌਰੀ ਕਹਿ ਰਿਹਾ ਹੰਸ ਕੇ ਦਿਖਾਓ। ਸ਼ਹਿਜ਼ਾਦੇ ਮੇਰੇ ਬੱਬਰ ਸ਼ੇਰ, ਸਿਆਲਕੋਟ ਮੈਂ ਗਿਆ ਹਾਂ ਕਿਲ੍ਹੇ 'ਤੇ, ਗ੍ਰੈਂਡ ਹਿੱਲ ਮੈਰਿਜ ਹਾਲ ਜਿਹੜਾ ਢੱਠ ਗਿਆ ਨਾ ਪਹਿਲਾਂ ਦੇ, ਉਹਦੇ 'ਤੇ ਮੈਂ ਜੰਝ ਲੁੱਟੀ ਸੀ। ਅੱਛਾ ਜੀ, ਲਾਮਾ ਇਕਬਾਲ ਦੇ ਘਰ ਵੀ ਗਿਆ ਵਾਂ ਮੈਂ ਸਿਆਲਕੋਟ, ਅਤੇ ਮੈਨੂੰ ਉਹਨਾਂ ਦੱਸਿਆ ਹੀ ਨਹੀਂ ਕਿ ਉਹ ਕਬਰਸਤਾਨ ਡੁਰ ਗਏ, ਮੈਨੂੰ ਫੇਰਾ ਹੀ ਪਵਾਇਆ ਸਿਆਲਕੋਟ ਹੀ। ਓਏ ਹੱਸਦਾ ਕਿੱਦਾਂ ਲੱਗਦਾ ਮੈਂ? ਕਿਉਂ, ਕੀ ਹੋਇਆ? ਨਬੀਲ ਜਾਨੀ ਕਹਿ ਰਿਹਾ ਤੁਹਾਡਾ ਬਸ ਅੰਦਰੋਂ ਦਿਲ ਰੋਂਦਾ, ਬਾਹਰੋਂ ਕੁਝ ਨਹੀਂ ਰੋਂਦਾ। ਇਹਦਾ ਮਤਲਬ ਆਪਣੇ ਭਰਾ ਨੂੰ ਤੁਸੀਂ ਹਰ ਵੇਲੇ ਰੋਣਾ ਰੋਂਦਾ ਹੀ ਵੇਖਣਾ ਚਾਹੁੰਦੇ। ਵਸੀਮ ਸਰਵਰ ਕਹਿ ਰਿਹਾ ਸਲਾਮ ਕਾ ਜਵਾਬ ਦਿਓ। ਵਾਲੇਕੁਮ ਅਸਲਾਮ ਵਸੀਮ ਸਰਵਰ ਸਾਹਿਬ। ਸਾਕੀ ਸਾਕਬ ਕਹਿ ਰਿਹਾ ਓਕੇ ਬਾਈ ਜੀ, ਬੈਸਟ ਆਫ ਲੱਕ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਉਹ ਕਹਿ ਰਿਹਾ ਮੀਆਂ ਵਾਲੀ ਆਏ ਹੋ ਕਦੇ? ਨਹੀਂ ਭਾਈ, ਮੈਨੂੰ ਕੁੱਕੜਾਂ ਦਾ ਸ਼ੌਕ ਨਹੀਂ। ਮੈਨੂੰ ਨਹੀਂ ਕੁੱਕੜਾਂ ਦਾ ਸ਼ੌਕ ਨਹੀਂ, ਤੇ ਮੈਂ ਮੀਆਂ ਵਾਲੀ ਚੱਕਰ ਤੇ ਲਾ। ਭਾਈ ਹਮੇ ਵੀ ਜਵਾਬ ਦੇ, ਉਮਰ ਫਰੂਕ ਹੀ ਕਹਿ ਰਿਹਾ। ਜੀ ਜੀ ਉਮਰ ਫਰੂਕ ਭਾਈ ਸਾਹਿਬ। ਨਿਦਾ ਕਹਿ ਰਹੀ ਹੈ ਹੋਰ ਸੁਣਾਓ। ਅੱਲਾ ਦਾ ਸ਼ੁਕਰ, ਅੱਗੇ ਕਦੋਂ ਵੈਗਨ ਮੱਜੀ ਸੀ। ਅਰਸਲਾਨ ਗੁਜਰ ਕਹਿ ਰਿਹਾ ਆਈ ਲਵ ਯੂ ਭਾਈ, ਲਵ ਯੂ ਟੂ। ਅੱਛਾ ਜੀ, ਨਿਦਾ ਪੁੱਛ ਰਹੀ ਆਪ ਸਾਰਾ ਦਿਨ ਕਿਆ ਕਰਤੇ ਹੈਂ? ਸੈਲਫੀਆਂ ਹੀ ਬਣਾ ਰਿਹਾ, ਜਦੋਂ ਦੀ ਮੂਵੀ ਹਿੱਟ ਹੋਈ ਕੋਈ ਇੱਧਰੋਂ ਆ ਜਾਂਦਾ ਸੈਲਫੀ ਇੱਧਰੋਂ ਹੁਣ, ਤਾਂ ਮੈਨੂੰ ਜਿਹੜਾ ਮੇਰੀ ਤਸਵੀਰ ਲੈਣ ਲੱਗਦਾ ਮੈਂ ਨਾ ਭਾ ਆਪਣੀ ਖਿੱਚ ਲੈ, ਮੇਰੀ ਤਾਂ ਬਾਜ਼ਾਰੋਂ ਵੀ ਮਿਲ ਜਾਏ। ਅੱਛਾ ਜੀ, ਲੀਓ ਗੁਜਰਾਤੀ ਕਹਿ ਰਿਹਾ ਕਮਾਲ ਭਾਈ। ਅੱਛਾ ਜੀ, ਸਾਕੀ ਸਾਕੀ ਕਹਿ ਰਿਹਾ ਬਾਈ ਯਾਰ ਯੂ ਆਰ ਗ੍ਰੇਟ। ਥੈਂਕ ਯੂ ਵੈਰੀ ਮੱਚ। ਅੱਛਾ ਜੀ, ਪੁੱਛਾਂ ਨਹੀਂ ਵੱਡੀਆਂ ਹੋ ਰਹੀਆਂ, ਨਿਧਾ ਹੱਸ ਰਹੀ ਹੈ ਭਾਈ ਤੁਹਾਡੀਆਂ ਗੱਲਾਂ। ਮਿਹਰਬਾਨੀ ਮਿਹਰਬਾਨੀ, ਹੱਸਣਾ ਹੀ ਚਾਹੀਦਾ, ਟੈਨਸ਼ਨ ਦੂਰ ਹੋਣੀ ਚਾਹੀਦੀ, ਪਾਕਿਸਤਾਨੀ ਜਿੱਥੇ ਵੀ ਨਾ ਉਹਨੂੰ ਹੱਸਦਿਆਂ ਰਹਿਣਾ ਚਾਹੀਦਾ, ਇੰਡੀਆ ਵਾਲੇ ਭਾਵੇਂ ਪਏ ਰਹਿਣ ਉਹਨਾਂ ਨੂੰ ਉਹਨਾਂ ਦਾ ਹੱਕ ਬਣ। ਅੱਛਾ ਜੀ, ਮੁੱਛਾਂ ਨੂੰ ਤੇਲ ਲਾ। ਤੇਲ ਨਹੀਂ ਲਾ ਰਿਹਾ ਮੈਂ, ਵੱਟ ਦੇ ਰਿਹਾ। ਸ਼ਹਿਬਾਜ਼ ਰਾਣਾ ਪੁੱਛ ਰਿਹਾ ਹੁਣ ਅਗਲੀ ਵਾਰੀ ਕਦੋਂ ਰੋਣਾ ਜੇ? ਕੱਲ੍ਹ ਕੋਈ। ਅੱਛਾ ਜੀ, ਹਾਏ ਜੀ ਕੀ ਹਾਲ ਹੈ, ਕੈਸਰ ਮਹਿਮੂਦ ਪੁੱਛ ਰਿਹਾ। ਅੱਲਾ ਦਾ ਸ਼ੁਕਰ ਕੈਸਰ ਮਹਿਮੂਦ ਸਾਹਿਬ। ਚਲੋ ਖਾਲਿਦ ਰਹੋ, ਠੀਕ ਹੈ। ਉਹ ਵਾਮ ਪੁੱਛ ਰਹੀ ਵੀਡੀਓ ਕਿੱਧਰ ਹੈ ਤੀਸਰੀ, ਇਹਨਾਂ ਨੂੰ ਦੱਸ ਦਿਓ ਕੱਲ੍ਹ ਰਿਲੀਜ਼ ਹੋ ਰਹੀ। ਕੱਲ੍ਹ ਰਿਲੀਜ਼ ਹੋ ਰਹੀ ਹੈ PTCL ਪ੍ਰੈਂਕ, ਵੇਖੋ ਨਾ ਪਹਿਲਾਂ ਅਤੇ ਕੱਲ੍ਹ ਨਵੀਂ ਵੀਡੀਓ। ਛੋਟੇ ਭਰਾ ਨੇ ਕਿਉਂ ਬੋਟੀਆਂ ਸਾਰੀਆਂ ਖਾਧੀ, ਸਾਰੀ ਰਾਤ ਨਹੀਂ ਸੁੱਤਾ, ਕੱਲ੍ਹ ਰੋਜ਼ਾ ਵੀ ਨਹੀਂ ਰੱਖੇ। ਚਲੋ ਠੀਕ। ਅੱਛਾ ਜੀ, ਸਾਰੇ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ, ਪਾਕਿਸਤਾਨ ਜ਼ਿੰਦਾਬਾਦ।